ਸ਼ਾਮਾਂਦਾਨ ਰੇਡੀਓ ਪੰਜਾਬ ਟਰੂਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਧਾਨੇਵਾਲੀਆ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ ਅੱਜ ਦਿਨ ਹੈ ਜੀ ਸ਼ੁੱਕਰਵਾਰ ਤਰੀਕ ਹੈ 10 ਅਪ੍ਰੈਲ ਸ਼ਾਮ ਦੇ 5:30 ਮਿੰਟ ਹੋਏ ਨੇ ਪ੍ਰੋਗਰਾਮ ਸ਼ਮਾਦਾਨ ਲੈ ਕੇ ਮੈਂ ਤੁਹਾਡੀਆਂ ਬਰੂਹਾਂ ਤੇ ਹਾਜ਼ਰਾਂ ਜੀ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਮਿੰਟਾਂ 5:30 ਮਿੰਟਾਂ ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ ਚਲੰਤ ਮਸਲਾਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਟਿੱਕੜ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪੰਜਾਬ ਭਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਤੁਹਾਡੇ ਤੱਕ ਖਬਰਾਂ ਲੈ ਕੇ ਪਹੁੰਚਦੇ ਨੇ ਸੋ ਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਤੋਂ ਤੇ ਫਿਰ ਆਪਾਂ ਅੱਗੇ ਚੱਲਾਂਗੇ ਸਰਦਾਰ ਢਿੱਲੋਂ ਹਰਾਂ ਦੇ ਨਾਲ E ਦੇਸ਼ ਵਿੱਚ ਕਰੋਨਾ ਵਾਇਰਸ ਨਾਲ ਹੁਣ ਤੱਕ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਿਹਤ ਮੰਤਰਾਲੇ ਦੇ ਤਾਜ਼ੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 199 ਤੱਕ ਪਹੁੰਚ ਗਿਆ ਹੈ ਪਿਛਲੇ 12 ਘੰਟਿਆਂ ਵਿੱਚ 547 ਮਾਮਲੇ ਨਵੇਂ ਆਏ ਨੇ ਉੱਥੇ ਹੀ 30 ਲੋਕਾਂ ਦੀ ਮੌਤ ਹੋਈ ਹੈ ਕਰੋਨਾ ਪੋਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ ਵਧ ਕੇ 6412 ਤੱਕ ਪਹੁੰਚ ਗਈ ਹੈ ਇਹਨਾਂ ਵਿੱਚੋਂ 4709 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਉੱਥੇ ਹੀ 504 ਲੋਕ ਠੀਕ ਹੋਏ ਨੇ ਕਰੋਨਾ ਮਹਾਮਾਰੀ ਦੀ ਲਪੇਟ 'ਚ ਲਗਭਗ ਪੂਰੀ ਦੁਨੀਆ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਨਾਲ 1700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਕਰੋਨਾ ਮਹਾਮਾਰੀ ਦੀ ਲਪੇਟ ਚ ਲਗਭਗ ਪੂਰੀ ਦੁਨੀਆ ਹੁਣ ਤੱਕ ਵਿਸ਼ਵ ਦੇ 192 ਦੇਸ਼ਾਂ ਚ ਕਰੋਨਾ ਪਹੁੰਚ ਚੁੱਕਾ ਹੈ ਤੇ 15 ਲੱਖ ਲੋਕਾਂ ਲੋਕ ਇਸ ਦੀ ਚਪੇਟ ਵਿੱਚ ਨੇ ਮਰਨ ਵਾਲਿਆਂ ਦੀ ਗਿਣਤੀ 94705 ਹੋ ਚੁੱਕੀ ਹੈ ਇਹ ਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਵੀ ਕਰੋਨਾ ਦਾ ਪਰਛਾਵਾਂ ਟੱਲ ਨਹੀਂ ਰਿਹਾ ਇੱਕ ਹੋਰ ਮੌਤ ਹੋਈ ਹੈ ਇਹ ਮੌਤ ਮੋਹੱਲੀ ਦੀ 74 ਸਾਲਾਂ ਔਰਤ ਦੀ ਹੋਈ ਹੈ ਮਹਿਲਾ ਦੀ ਪਛਾਣ ਰਾਜਕੁਮਾਰੀ ਵਜੋਂ ਹੋਈ ਹੈ ਮੁੰਡੀ ਖੁਰੜ ਚ ਰਹਿੰਦੀ ਸੀ ਮੋਹੱਲੀ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਨਾਲ ਪੀੜਤਾਂ ਦੀ ਇਹ ਦੂਜੀ ਮੌਤ ਹੈ ਕਰੋਨਾ ਵਾਇਰਸ ਨਾਲ ਗ੍ਰਸਤ ਇਹ ਔਰਤ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਨਾਲ ਵੀ ਪੀੜਤ ਸੀ ਇਸ ਤੋਂ ਪਹਿਲਾਂ ਓਮਪ੍ਰਕਾਸ਼ ਵੀ ਆਪਣੀ ਜਾਨ ਗਵਾ ਚੁੱਕਾ ਹੁਣ ਤੱਕ ਮੋਹੱਲੀ ਜ਼ਿਲ੍ਹੇ ਚ ਮਰੀਜ਼ਾਂ ਦੀ ਗਿਣਤੀ 38 ਹੋ ਚੁੱਕੀ ਹੈ ਤੇ ਕਰੋਨਾ ਵਾਇਰਸ ਦੀ ਤੇਜ਼ੀ ਨਾਲ ਜਿੱਥੇ ਲੋਕ ਆਪਣੇ ਗ੍ਰਿਫਤ ਚ ਲੈ ਰਿਹਾ ਉਹਨਾਂ ਨੂੰ ਦੇਖਦੇ ਹੋਏ ਛੇਤੀ ਛੁਟਕਾਰੇ ਦੀ ਉਮੀਦ ਧੰਦਲੀ ਪੈ ਰਹੀ ਹੈ ਸੋ ਕੁਝ ਹੋਰ ਵੱਖ-ਵੱਖ ਸੰਸਥਾਵਾਂ ਆਪਣੇ ਆਪਣੇ ਅੰਕੜੇ ਜਾਰੀ ਕਰ ਰਹੀਆਂ ਨੇ ਇੱਕ ਰਿਸਰਚ ਪੇਪਰ ਨੂੰ ਜਰਮਨੀ ਦੀ ਯੂਟਿੰਗਟਨ ਯੂਨੀਵਰਸਿਟੀ ਦੇ ਸੋਧਕਰਤਾ ਰਿਚਟਰ ਕ੍ਰਿਸਟੀਅਨ ਬੋਮਰ ਤੇ ਸੇਬਾ ਸਿਆਟਾਨ ਫੋਲਮਰ ਨੇ ਤਿਆਰ ਕੀਤੀ ਉਹਨਾਂ ਨੇ ਇਸ ਇਹ ਗੱਲ ਕਹੀ ਹੈ ਸੰਭਾਵਨਾ ਹੈ ਕਿ ਦੁਨੀਆ ਭਰ ਵਿੱਚ ਸਿਹਤ ਸੰਭਾਵਾਂ ਨੇ ਜਿਸ ਅ ਜਸਟ ਮਾਮਲੇ ਦਾਜ ਹੈ ਇਸ ਰਿਸਰਚ ਪੇਪਰ ਦੇ ਆਧਾਰ ਤੇ ਕਈ ਖਬਰਾਂ ਨੇ ਇਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ ਦੱਸ ਦਈਏ ਕਿ ਸੇਬੀਟਿਆਨ ਫੈਲੋਮਰ ਡਵੈਲ ਮੈਂਟ ਇਕਨੋਮਿਕਸ ਦੇ ਪ੍ਰੋਫੈਸਰ ਨੇ ਜਰਮਨੀ ਜਰਮਨੀ ਦੇ ਦੋ ਖੋਜਕਰਤਾਵਾਂ ਮੁਤਾਬਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਜੋ ਅੰਕੜਾ ਹੁਣ ਤੱਕ ਮਿਲਿਆ ਉਹ ਡਾਟਾ ਦੱਸਦਾ ਹੈ ਕਿ ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਦੇ ਔਸਤਨ 6 ਫੀਸਦੀ ਮਾਮਲੇ ਦਾ ਹੀ ਪਤਾ ਲੱਗ ਸਕਿਆ ਹੈ ਡਾਈਚੀ ਦੇਲੇ ਮੁਤਾਬਕ ਇਹਨਾਂ ਦਾ ਦਾਵਾ ਹੈ ਕਿ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਅਸਲੀ ਸੰਖਿਆ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ ਇਹ ਲੱਖਾਂ ਕਰੋੜਾਂ 'ਚੋਂ ਨਿਕਲ ਕੇ ਕਰੋੜ ਲੱਖਾਂ 'ਚੋਂ ਨਿਕਲ ਕੇ ਕਰੋੜਾਂ ਤੱਕ ਜਾ ਸਕਦੀ ਹੈ ਤੇ ਹੁਣ ਸਰਦਾ ਬਖਤੌਰ ਸਿੰਘ ਢਿੱਲੋਂ ਨਾਲ ਗੱਲਬਾਤ ਅੱਗੇ ਕਰਦੇ ਆਂ ਢਿੱਲੋਂ ਸਾਹਿਬ ਕਰੋਨਾ ਕਰਕੇ ਹਾਹਾਕਾਰ ਮੱਚੀ ਹੋਈ ਐ World Health Organization ਨੇ ਵੀ 트াম্প ਨੂੰ ਕਰੜਾ ਹੱਥੇ ਲਿਆ ਜੀ ਬਿਲਕੁਲ ਹੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਵਕਤ ਪਾਇਆ ਹੋਇਆ ਜੀ ਸਭ ਤੋਂ ਪਹਿਲਾਂ ਇਹਦੀ ਜਿਹੜੀ ਹੈਗੀ ਐ ਸ਼ੁਰੂਆਤ ਤਾਂ ਚਾਈਨਾ ਚੋਂ ਹੁੰਦੀ ਐ ਬੁਹਾਨ ਸ਼ਹਿਰ ਤੋਂ ਹੌਲੀ ਹੌਲੀ ਉਹਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰਤਾ ਜੀ ਜਦੋਂ ਸ਼ੁਰੂਆਤੀ ਸੰਕੇਤ ਆਏ ਜੀ ਤਾਂ 5 ਜਨਵਰੀ ਹੂੰ ਹੂੰ ਨੂੰ ਜਿਹੜੀ ਵਿਸ਼ਵ ਸਿਹਤ ਸੰਸਥਾ W H O ਜੀ ਉਹਨਾਂ ਨੇ ਇੱਕ ਸੂਚਨਾ ਜਿਹੜੀ ਹੈ ਉਹ ਜਾਰੀ ਕਰਤੀ ਸੀ ਅੱਛਾ ਜੀ ਦੁਨੀਆ ਦੇ ਮੈਂਬਰ ਜਿੰਨੇ ਵੀ ਸਾਰੇ ਦੇਸ਼ ਆ ਉਹਨਾਂ ਨੂੰ ਦੱਸਤਾ ਸੀ ਕਿ ਪਾਹੀਆ ਕੁਝ ਹੋਣ ਜਾ ਰਿਹਾ ਹੈ ਪ੍ਰਬੰਧ ਕਰ ਲਓ ਜੀ ਪੂਰੇ ਪੰਜਾਂ ਦਿਨਾਂ ਬਾਅਦ ਉਹਨਾਂ ਨੇ ਫਿਰ ਕਹਿ ਦਿੱਤਾ ਸੀ ਚੇਤਾਵਨੀ ਦਿੱਤੀ ਸੀ ਕਿ ਬਿਮਾਰੀ ਬੜੀ ਗੰਭੀਰ ਹੈ ਹੂੰ ਹੂੰ ਬਹੁਤ ਖਤਰਨਾਕ ਹੈ ਤੁਸੀਂ ਇਹਦਾ ਮੁਕਾਬਲਾ ਕਰਨ ਵਾਸਤੇ ਹੁਣੇ ਤੇ ਸਾਰਾ ਕੁਝ ਕਰ ਲਓ ਜੀ ਕੁਝ ਦਿਨਾਂ ਬਾਅਦ ਉਹਨਾਂ ਨੇ ਜਿਹੜੀ ਹੈਗੀ ਹੈ ਮੈਡੀਕਲ ਐਮਰਜੈਂਸੀ ਜੀ ਉਦਾ ਵੀ ਡਿਕਲੇਅਰ ਕਰਤਾ ਸੀ ਕਿ ਦੁਨੀਆ ਦੇ ਵਿੱਚ ਉਹਨੂੰ ਇਸ ਵੇਲੇ ਦੀ ਜਿਹੜੀ ਹੈਗੀ ਮੈਡੀਕਲ ਐਮਰਜੈਂਸੀ ਹੈ ਆ ਕੁਝ ਹੋ ਗਿਆ ਹੂੰ ਹੂੰ ਲੇਕਿਨ ਅਮਰੀਕਾ ਦੇ ਪ੍ਰੈਜ਼ੀਡੈਂਟ ਜੀ ਡੋਨਲਡ ਟਰੰਪਸ ਸਾਹਿਬ ਹੂੰ ਹੂੰ ਇਹਨੂੰ ਮੰਨਣ ਵਾਸਤੇ ਤਿਆਰ ਨਹੀਂ ਸੀ ਜੀ ਉਹ ਵਾਰ-ਵਾਰੀ ਨੂੰ ਮਜ਼ਾਕ ਦੇ ਤੌਰ ਤੇ ਲੈਂਦੇ ਰਹੇ ਹੂੰ ਹੂੰ ਆਪਾਂ ਕਈ ਵਾਰ ਪਹਿਲਾਂ ਵੀ ਗੱਲ ਕੀਤੀ ਹੈ ਜਿਵੇਂ ਗਰੇਟਾ ਨੇ ਜੁਨੋ ਵਾਤਾਵਰਨ ਸਮਾਗਮ ਦੇ ਵਿੱਚ ਭਾਸ਼ਣ ਦਿੱਤਾ ਸੀ ਜੀ ਔਰ ਉਹਨੇ ਬੜਾ ਭਾਵਕ ਤੇ ਤੱਥਾਂ ਤੇ ਆਧਾਰਿਤ ਭਾਸ਼ਣ ਦਿੱਤਾ ਸੀ ਸਵਾਲ ਕੀਤਾ ਸੀ ਦੁਨੀਆ ਦੇ ਸਰਵਰਾਹਾਂ ਨੂੰ ਜੀ ਕਿ ਤੁਹਾਨੂੰ ਕੀ ਅਖਤਿਆਰ ਹੈ ਤੁਸੀਂ ਸਾਡੇ ਭਵਿੱਖ ਨਾਲ ਖਲਵਾੜ ਕਰੋ ਹੂੰ ਹੂੰ ਤੇ ਉਹਨੂੰ ਵੀ ਇੱਕ ਮਜ਼ਾਕ ਦੇ ਤੌਰ ਤੇ ਲਿਆ ਸੀ ਟਰੰਪ ਸਾਹਿਬ ਨੇ ਜੀ ਚਲੋ ਉਹ ਇੱਕ ਨਵਾਲਗ ਲੜਕੀ ਸੀ ਉਹਨੂੰ ਜੋ ਬਰਾਪੂਲਾ ਕਹਿ ਸਕਣਾ ਸੀ ਕਹਤਾ ਜੀ لیکن ਜਿਹੜੀ ਐਡੀ ਵੱਡੀ ਤਰਾਸਤੀ ਦੁਨੀਆ ਸਾਹਮਣੇ ਆ ਰਹੀ ਹੈ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਦੇ ਬਾਰੇ ਚੇਤਾਵਨੀ ਦੇ ਰਹੀ ਹੈ ਹੂੰ ਹੂੰ ਅਗਾਹ ਕਰ ਰਹੀ ਹੈ ਵਾਰਨਿੰਗ ਦੇ ਰਹੀ ਹੈ ਕਿ ਭਾਈ ਸੰਭਲੋ ਤਾਂ ਉਥੇ 트াম্প ਸਾਹਿਬ ਨੇ ਵਸੇ ਹੀ ਕਿਹਾ ਕਹਿੰਦੇ ਕਿਹੜੀ ਗੱਲ ਹੈ ਈਸਟਰ ਤੱਕ ਤਾਂ ਸਾਰਾ ਮਾਮਲਾ ਹੀ ਖਤਮ ਹੋ ਜਾਣਾ ਹੈ ਜੀ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਗਰਮੀ ਦੇ ਵਿੱਚ ਤਾਂ ਇਹ ਇਸ ਵਾਇਰਸ ਨੇ ਖਤਮ ਹੋ ਜਾਣਾ ਹੈ ਵਗੈਰਾ ਵਗੈਰਾ ਲੇਕਿਨ ਚਾਈਨਾ ਵਾਲਿਆਂ ਨੇ ਜੀ ਇਸ ਬਿਮਾਰੀ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲਿਆ ਚਲੰਦੇ ਰੂਪ ਚ ਪਿਆ। ਔਰ ਉਸ ਦੇਸ਼ ਨੇ ਇਹਨੂੰ ਕਿਸੇ ਹੱਦ ਤੱਕ ਕਾਬੂ ਕਰ ਲਿਆ। ਹੂੰ ਹੂੰ ਤੇ ਜਿਹੜਾ ਬਹਾਨ ਸ਼ਹਿਰ ਇਹਦਾ ਕੇਂਦਰ ਸੀ। ਜੀ। ਹੁਣ ਉਸ ਬਹਾਨ ਸ਼ਹਿਰ ਦੇ ਵਿੱਚ ਉਹਨਾਂ ਨੇ ਆਵਾਜਾਈ ਵੀ ਖੋਲਤੀ ਹੈ। ਮੋੜਲੀ ਤੇ ਲੈਂਦਾ। ਮੋੜਲੀ ਤੇ ਲੈਂਦੇ। ਇਹ ਵਕਰੀ ਗੱਲ ਹੈ ਕਿ ਅਜੇ ਮੁਕੰਮਲ ਤੌਰ ਤੇ ਖਾਤਮਾ ਨਹੀਂ ਹੋਇਆ, ਕੁਝ ਹੋਰ ਕੇਸ ਵੀ ਉੱਥੇ ਹੋ ਗਏ। ਹੂੰ ਹੂੰ। ਲੇਕਿਨ ਅਮਰੀਕਾ ਨੇ ਜਿਵੇਂ ਕਹਿੰਦੇ ਨੇ ਸੁੱਤੀਆਂ ਤਾਣ ਕੇ ਸੁੱਤੇ ਸੀ, ਉੱਥੋਂ ਦੇ ਪ੍ਰਗੂ ਤੇ ਹੁਣ ਅਮਰੀਕਾ ਦੀ ਹਾਲਤ ਕੀ ਹੈ ਬਹੁਤ ਬੁਰਾ ਹਾਲ ਹੈ ਕਹਿੰਦੇ ਕੱਲਾ ਨਿਊਯਾਰਕ ਸ਼ਹਿਰ ਹੈ ਜਿਹੜਾ ਹੂੰ ਹੂੰ ਉਹਦੀ ਹਾਲਤ ਲਾਸ਼ਾਂ ਦੇ ਲਿਹਾਜ਼ ਨਾਲ ਵੱਧ ਤੋਂ ਵੱਧਤਰ ਹੋ ਗਈ ਹੈ ਤੇ ਜਿਹੜੇ ਲੋਕ ਘਰਾਂ ਚ ਪਏ ਆ ਬਿਮਾਰ ਹੋਏ ਉਹਨਾਂ ਦਾ ਪਤਾ ਕੋਈ ਨਹੀਂ ਜਿਹੜੇ ਹਸਪਤਾਲਾਂ ਚ ਪਏ ਆ ਉਹਨਾਂ ਦਾ ਪਤਾ ਕੋਈ ਨਹੀਂ ਕਿ ਉਹਨਾਂ ਦੀ ਗਿਣਤੀ ਕਿੰਨੀ ਕਹ ਹੈ ਗਿਣਤੀ ਵੈਸੇ ਉਹਨਾਂ ਕੋਲ ਨਹੀਂ ਆਪਣੇ ਕੋਲ ਉਹਨਾਂ ਦੀ ਗਿਣਤੀ ਹੈ ਨਹੀਂਗੀ ਮਾਮਲਾ ਬੜਾ ਗੰਭੀਰ ਹੈ ਇੱਥੇ ਫਿਰ ਟਰੰਪ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਜੀ ਉਹ ਤੋਂ ਰੁਖਸਤ ਲੈ ਦਿਆ ਹਮ ਹਮ ਸਾਰੀ ਦੀ ਸਾਰੀ ਜ਼ਿੰਮੇਵਾਰੀ ਯੂਐਨਓ ਦੇ ਆ ਸੌਰੀ ਡਬਲਯੂਐਚਓ ਦੇ ਜੀ ਹੈੱਡ ਤੇ ਪਾਤੀ ਹਮ ਹਮ ਉਹ ਕਹਿੰਦੇ ਆ ਵੀ ਡਬਲਯੂਐਚਓ ਦਾ ਜਿਹੜਾ ਹੈੱਡ ਹੈ ਇਹਦਾ ਚਾਈਨਾ ਪ੍ਰਤੀ ਨਰਮ ਗੋਸ਼ ਹੈ ਅੱਛਾ ਜੀ ਔਰ ਇਹਨਾਂ ਨੇ ਸਾਨੂੰ ਵਕਤ ਸਿਰ ਸਹੀ ਜਾਣਕਾਰੀ ਨਹੀਂ ਦਿੱਤੀ ਜੀ ਚਾਈਨਾ ਦੇ ਵਿੱਚ ਮਨੁੱਖੀ ਜਾਨਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਕਹਿੰਦੇ ਜੇ ਇਹ ਅੰਕੜੇ ਸਾਨੂੰ ਦੱਸ ਦਿੰਦੇ ਸ਼ੁਰੂ ਦੇ ਵਿੱਚ ਜੀ ਤਾਂ ਅਸੀਂ ਆਪਣਾ ਇਲਾਜ ਕਰ ਲੇਦੇ ਚਾਈਨਾ ਦੇ ਵਿੱਚ ਜਿੰਨੇ ਕੁ ਬੰਦੇ ਮਰੇ ਹੈ ਉਹਨਾਂ ਦੇ ਸਰਕਾਰੀ ਅੰਕੜੇ ਹਮਮ ਲੇਕਿਨ ਦੁਨੀਆ ਦੇ ਟਰੰਪ ਸਮਿਥ ਦੁਨੀਆ ਦੇ ਬਹੁਤ ਸਾਰੇ ਆਗੂਆਂ ਦਾ ਇਹ ਮੰਨਣਾ ਹੈ ਕਿ ਚਾਈਨਾ ਦਾ ਜਿਹੜਾ ਨੁਕਸਾਨ ਹੋਇਆ ਉਹ ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ ਹੋਇਆ ਹੈ ਬੰਦੇ ਉਹਨਾਂ ਦੇ ਜ਼ਿਆਦਾ ਮਰੇ ਹੈ ਇਤੋਂ ਤੱਕ ਵੀ ਕਹੀ ਜਾਂਦੇ ਕੁਝ ਲੋਕਾਂ ਨੇ ਇਹ ਕਿਹਾ ਕਿ ਕੁਝ ਲੱਖ ਲੋਕ ਜਿਹੜੇ ਹੈਗੇ ਉਡਰਸਾ ਪੀਅਰ ਹੋ ਗਏ ਜੀ ਔਰ ਉਹ ਆਪਣੀ ਗੱਲ ਨੂੰ ਜਿਹੜੀ ਆਪਣੀ ਜਿਹੜੀ ਕਥਨ ਹੈ ਹੂੰ ਹੂੰ ਇਹਨੂੰ ਸਪੋਰਟ ਕਰਨ ਵਾਸਤੇ ਕੁਝ ਚైనਾਂ ਦੇ ਸਟੇਟਮੈਂਟਸ ਦਾ ਵੀ ਸਹਾਰਾ ਲੈ ਰਹੇ ਕਿ ਇਹ ਆ ਸਾਰਾ ਕੁਝ ਹੋ ਗਿਆ ਸੋ 트럼ਪਸ ਆਪ ਕਹਿੰਦੇ ਵੀ ਜੇ ਸਾਨੂੰ ਪਹਿਲਾਂ ਦੱਸਿਆ ਹੁੰਦਾ ਹੂੰ ਹੂੰ ਕਿ ਇੰਨਾ ਜਾਨੀ ਨੁਕਸਾਨ ਹੁੰਦਾ ਤਾਂ ਅਸੀਂ ਇੰਤਜ਼ਾਮ ਪਹਿਲਾਂ ਕਰ ਲੈਂਦੇ ਜੀ ਸਾਡੇ ਦੇਸ਼ ਦੇ ਵਿੱਚ ਇਹ ਕੁਝ ਹੋਣਾ ਨਹੀਂ ਸੀ ਹੂੰ ਹੂੰ ਪਰ ਟਰੰਪਸ ਸਾਹਿਬ ਤਾਂ ਇੱਥੇ ਨਹੀਂ ਰੁਕੇ ਜੀ ਟਰੰਪਸ ਸਾਹਿਬ ਨੇ ਕਹਿਤਾ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਸਾ ਜੀ WHO ਨੂੰ ਅਮਰੀਕਾ ਦਿੰਦਾ ਹੈ ਹਮ ਹਮ ਸਾਡਾ ਫੰਡ ਸਭ ਤੋਂ ਵੱਧ ਹੈ ਤੇ ਕਹਿੰਦੇ ਵੀ ਜਿਹੜਾ ਹੈ WHO ਦਾ ਚੀਫ ਹੈ ਹਮ ਹਮ ਕਿਉਂਕਿ ਇਹਦਾ ਚੁਕਾਅ ਚਾਈਨਾ ਵਾਲੇ ਪਾਸੇ ਹੈ ਜੀ ਇਸ ਕਰਕੇ ਅਸੀਂ ਇਹਦਾ ਫੰਡ ਜਿਹੜਾ ਇਹਨੂੰ ਦਿੱਤਾ ਜਾ ਰਿਹਾ ਉਹ ਬੰਦ ਕਰ ਦੇਵਾਂਗੇ ਜੀ ਜੇ ਆਪਾਂ ਦੇਖੀਏ ਧਮਕੀ ਹਮ ਹਮ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਚੀਫ ਨੂੰ ਧਮਕੀ ਹੈ ਧਮਕੀ ਅਮਰੀਕਾ ਦੇ ਸੁਭਾ ਦਾ ਇੱਕ ਹਿੱਸਾ ਹੈ ਅਮਰੀਕਾ ਦੇ ਕਿ ਟਰੰਪ ਦੇ ਸੁਭਾ ਦਾ ਇੱਕ ਹਿੱਸਾ ਅਮਰੀਕਾ ਦੇ ਕੋ ਅੱਛਾ ਪਹਿਲਾਂ ਕਿਉਂਕਿ ਸੁਭਾ ਦੇਸ਼ਾਂ ਦਾ ਬਣਦਾ ਹੁੰਦੇ ਹਮ ਹਮ ਅਮਰੀਕਾ ਦਾ ਜੇ ਆਪਾਂ ਦੇਖੀਏ ਸੁਭਾ ਤਾਂ ਦੁਨੀਆ ਦੇ ਵਿੱਚ ਉਹ ਕਿਹੜਾ ਥਾਂ ਜਿੱਥੇ ਠਾਣੇਦਾਰੀ ਨਹੀਂ ਕੀਤੀ ਨਹੀਂ ਕੀਤੀ ਬਿਲਕੁਲ ਚਾਹੇ ਇਰਾਕ ਹੈ ਚਾਹੇ ਅਫਗਾਨਿਸਤਾਨ ਹੈ ਫਿਰ ਜਦੋਂ ਫਸ ਜਾਂਦੇ ਫਿਰ ਹੋਰਾਂ ਦੀ ਲੱਤ ਪਸਾਉਂਦੇ ਹੋਰਾਂ ਦੀ ਪਸਾਉਂਦੇ ਆਪ ਦੀ ਕਢਾਉਣ ਵਾਸਤੇ ਜਿਵੇਂ ਭਾਰਤ ਦੀ ਫਸਾਈ ਜਾ ਰਹੀ ਹੈ ਅਫਗਾਨਿਸਤਾਨ ਅਫਗਾਨਿਸਤਾਨ ਦੇ ਵਿੱਚ ਬਗਾੜਾ ਲੇਕਿਨ ਹੁਣ ਤੱਕ ਜਿੰਨੇ ਵੀ ਰਾਸ਼ਟਰਪਤੀ ਹੋਏ ਐ ਜੀ ਉਹਨਾਂ ਰਾਸ਼ਟਰਪਤੀਆਂ ਦੇ ਵਿੱਚੋਂ ਸਭ ਤੋਂ ਕੱਬਾ ਸੁਆ ਹਮ ਹਮ ਤੇ ਕੋਨਾ ਮਾਨੂੰ ਬੜਾ ਜਿਹ ਹੈਗਾ ਤਾਂ ਉਹ 트럼ਪ ਸਾਹਿਬ ਦਾ ਜੀ 트럼ਪ ਸਾਹਿਬ ਤਾਂ ਮੰਨੀ ਨਹੀਂ ਰਹੀ ਸੀ ਇਸ ਗੱਲ ਨੂੰ ਹਮ ਹਮ ਇਹਨਾਂ ਨੇ ਕਹਿੰਦਾ ਜੀ ਅਸੀਂ ਤੁਹਾਡਾ ਦਾਣਾ ਪਾਣੀ ਬੰਦ ਕਰਦੇ ਹਾਂ ਤੁਹਾਨੂੰ ਅਸੀਂ ਆਪਣਾ ਫੰਡਿੰਗ ਜਿਹੜੀ ਜਾ ਰਹੀ ਹੈ ਉਹ ਬੰਦ ਕਰ ਰਹੀਏ ਜੀ ਇਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ 트럼ਪ ਸਾਹਿਬ ਸਾਡੇ ਦੇਸ਼ ਦੇ ਵਿੱਚ ਵੀ ਆਏ ਸੀ ਹਮ ਹਮ ਤੇ ਸਾਡੇ ਦੇਸ਼ ਦੇ ਵਿੱਚ ਅਸੀਂ 100 ਕਰੋੜ ਰੁਪਈਆ ਉਹਨਾਂ ਦੀ ਆਉ ਭਗਤ ਤੇ ਲਾਤਾ ਸੀ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਮੇਰਾ ਤਾਂ ਬਹੁਤ ਹੀ ગાੜਾ ਦੋਸਤ ਹੈ ਤੇ ਉਹਨਾਂ ਨੇ ਵੀ ਹੌਸਦ ਦੀ ਜਦੋਂ ਹੋਇਆ ਉਸ ਸਮਾਗਮ ਦੇ ਵਿੱਚ ਕਹਿਤਾ ਸੀ ਕਿ ਮੇਰਾ ਇਹ ਮਿੱਤਰ ਹੈ ਅਤਿ ਨਜ਼ਦੀਕੀ ਮਿੱਤਰ ਹੈ ਹੂੰ ਹੂੰ ਪਰ ਇੱਕ ਨਕਮੀ ਜੀ ਦਵਾਈ ਹੈ ਕਲੋਰੋਕੀਨ ਜੀ ਤੇ ਪੈਰਾਸੀਟਾਮੋਲ ਸ਼ਾਇਦ ਇੱਕ ਐਜੇਥਰੋਮਾਈਸਿਨ ਵੀ ਹੈ ਕਿਉਂਕਿ ਭਾਰਤ ਨੇ WHO ਦੀ ਚੇਤਾਵਨੀ ਨੂੰ ਨੋਟ ਕਰ ਲਿਆ ਜੀ ਭਾਰਤ ਨੇ ਪਹਿਲਾਂ ਹੀ ਬੰਦਸ਼ਾ ਲਾਤੀਆਂ ਸੀ ਕਿਸਾ ਦੀ ਦਵਾਈ ਬਾਹਰ ਨਹੀਂ ਜਾਉਗੇ ਅਸੀਂ ਰੋਕ ਦੇ ਤਰੰਪ ਸਾਬਨੇ ਕਹਿੰਦਾ ਦਵਾਈ ਭੇਜੋ ਤੇ ਫਿਰ ਜਨਤਕ ਤੌਰ ਤੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਕਹਤਾ ਹੈ ਭੇਜਤੀ ਠੀਕ ਹੈ ਨਹੀਂ ਭੇਜਤੀ ਫਿਰ ਵੀ ਠੀਕ ਹੈ ਪਰ ਪ੍ਰਤੀਕਰਮ ਬਾਸਤੇ ਤਿਆਰ ਰਹਿਣ ਇਹ ਤਾਂ ਵੱਖਰੀ ਗੱਲ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਝਾਲ ਨਹੀਂ ਚੱਲੀ ਤੇ ਲੋਕ ਇਹਦੇ ਤੇ ਮਜ਼ਾਕ ਵੀ ਕਰਦੇ ਕਿ ਕਿੱਥੇ ਦੱਖਣੀ ਕੋਰੀਆ ਦਾ ਰਧਨ ਮੰਤਰੀ ਸਾਹਿਬ ਨਾਲੋਂ ਪੌਣਾ ਕ ਬੰਦਾ ਕੱਦ ਦੇ ਲਿਹਾਇ ਨਾਲ ਜੇ ਅਸੀਂ ਦੇਖੀਏ ਤਾਂ ਕੱਦ ਕੱਠੋ ਦਾ ਪੌਣਾ ਕ ਹੈ ਪੌਣਾ ਕੀ ਹੈ ਇਧਰ 56 ਇੰਚ ਦੀ ਛਾਤੀ ਤੇ ਉਧਰ ਛਾਤੀ ਦਾ ਕੋਈ ਹਿਸਾਬਕਤਾ ਵੀ ਨਹੀਂ ਹੈ ਉਹ ਨਾਲ ਕਿ ਚੌੜਾ ਤੇ ਉਹਨਾਂ ਕੁਚਾ ਹੈ ਹੂੰ ਹੂੰ ਤੇ ਇਧਰ ਜੇ ਅਸੀਂ ਦੇਖੀਏ ਈਰਾਨ ਵਾਲੇ ਉਹ ਵੀ ਮਹਾਮਾਰੀ ਦਾ ਵੱਡਾ ਮੁਕਾਬਲਾ ਕਰ ਰਹੇ ਹੈ ਜੀ ਬਹੁਤ ਵੱਡਾ ਉਹਨਾਂ ਤੇ ਸੰਕਟ ਹੈ ਉਹ ਕਹਿੰਦੇ ਪ੍ਰਵਾਹ ਕੋਈ ਨਹੀਂ ਸਾਨੂੰ ਜੋ ਮਰਜੀ ਕਰ ਦਿਓ ਇੱਕ ਜਰਨਲ ਕੀ ਮਾਰਤਾ ਆ ਜੋ ਆ ਜੋ ਉਹ ਸਾਰੇ ਮਤਲਬ ਜਿਹੜੇ ਹੈਗੇ ਬਾਹਾਂ ਚੜਾਈ ਖੜੋਤੇ ਹੈ ਸਾਡੇ ਵਾਲਿਆਂ ਨੇ ਕਹਿੰਦੇ ਕੋਈ ਗੱਲ ਨਹੀਂ ਜੀ ਫਿਰ ਤੁਸੀਂ ਨਾਰਾਜ਼ ਨਾ ਹੋ ਅਸੀਂ ਤੁਹਾਨੂੰ ਦੇ ਦੇਣੀ ਪਹਿਲਾਂ ਭਾਰਤ ਨੂੰ ਤਮਕੀ ਭਾਰਤ ਨੇ ਤਮਕੀ ਮੰਨ ਲਈ ਤੇ ਫਿਰ ਯੂਐਨਓ ਨੂੰ ਤਮਕੀ ਆਪਣੇ डब्ल्यूएचओ ਨੂੰ ਪੱਤ ਤਮਕੀ ਜੀ ਪਰ डब्ल्यूएचओ ਦੇ ਚੀਫ ਦਾ ਸੁਭਾਅ ਕੁਝ ਵੱਖਰਾ ਹੈ ਹਮ ਹਮ ਉਹਨੇ ਕਹਿੰਦਾ ਸ਼੍ਰੀਮਾਨ ਜੀ ਸਿਆਸਤ ਨਾ ਕਰੋ ਲਾਸ਼ਾਂ ਤੇ ਸਿਆਸਤ ਨਾ ਕਰੋ ਜੇ ਇਹ ਮਹਾਮਾਰੀ ਦਾ ਮੁਕਾਬਲਾ ਕਰਨਾ ਹੈ ਤਾਂ ਦੁਨੀਆ ਨੂੰ ਮਿਲ ਕੇ ਮੁਕਾਬਲਾ ਕਰਨਾ ਪਊ ਜੀ ਜੇ ਮੁਕਾਬਲਾ ਕਰੋਗੇ ਤਾਂ ਚైనా ਨੂੰ ਤੇ ਅਮਰੀਕਾ ਨੂੰ ਮਿਲ ਕੇ ਪ੍ਰਬੰਧ ਕਰਨੇ ਪੈਣਗੇ ਤਾਂ ਹੂੰ ਹੂੰ ਤੇ ਜੇ ਤੁਸੀਂ ਇਹੀ ਕੁੱਕੜ ਖੇਡ ਆਉਂਦੇ ਰਹੇ ਵੀ ਉਹ ਆ ਕੇ ਉਹ ਜ਼ਿੰਮੇਵਾਰ ਤੇ ਉਹ ਆ ਕੇ ਜ਼ਿੰਮੇਵਾਰ ਹੈ ਤੇ ਟਰੰਪ ਸਾਬ ਕਹਿੰਦੇ ਫਿਰ ਯਾਦ ਰੱਖੋ ਕਿ ਅਮਰੀਕਾ ਦੇ ਵਿੱਚ ਲਾਸ਼ਾਂ ਦੇ ਢੇਰ ਲੱਗ ਜਾਣਗੇ ਹੂੰ ਹੂੰ ਔਰ ਉਹ ਚੁੱਕੀਆਂ ਨਹੀਂ ਜਾਣਗੀਆਂ ਇੰਨਾ ਭਿਆਨਕ ਸਮਾਂ ਤੁਹਾਡੇ ਲਈ ਕਹਿੰਦਾ ਅਗਿਆਰ ਹੈ ਪਰ ਉਹ ਟਰੰਪ ਸਾਬ ਤਾਂ ਨਾ ਕੋਨਾ ਮੰਨੂ ਹੂੰ ਹੂੰ ਉਹ ਤਾਂ ਉੱਥੇ ਖੜੋਤੇ ਹੋ ਅਜੇ ਵੀ ਅਡਾਉਂ ਵੀ ਪਾਈ ਖੜੇ ਹੈ डब्ल्यूएचओ ਦੇ ਨਾਲ ਟਿਲੋ ਸਾਹਿਬ ਮੈਂ ਨਕਸ਼ਾ ਦੇਖ ਰਿਹਾ ਸੀਗਾ ਵੈਸੇ ਤਾਂ ਕਿਤੇ ਮੈਨੂੰ ਚਿੱਟਾ ਨਹੀਂ ਦਿਖ ਰਿਹਾ ਦੁਨੀਆ ਭਰ ਦੇ ਵਿੱਚ ਨੀਲਾ ਕਿਤੇ ਫਿੱਕਾ ਨੀਲਾ ਕਿਤੇ ਗੂੜਾ ਨੀਲਾ ਵੈਸੇ ਜਿੱਥੇ ਚੀਨ ਦੀ ਟਿਲੋ ਸਾਹਿਬ ਗੱਲ ਕਰੀਏ ਚੀਨ ਦਾ ਜਿਹੜਾ ਨਕਸ਼ਾ ਦੱਸਦਾ ਉੱਥੇ ਕੋਈ 3336 ਮੋਤਾ ਦੱਸ ਰਿਹਾ ਜੀ ਕਨਫਰਮ ਕੇਸ ਭਾਵੇਂ 81000 ਸੀਗੇ 70000 ਰਿਕਵਰ ਵੀ ਹੋਈ ਨੇ ਪਰ ਅਮਰੀਕਾ ਦੇ ਵਿੱਚ ਜੇਕਰ ਗੱਲ ਕਰੀਏ ਕਹਿੰਦੇ ਇਹ ਇੱਥੇ 469121 ਕਨਫਰਮ ਹੋਏ ਆ ਪੋਜੀਟਿਵ ਪੋਜੀਟਿਵ ਤੇ ਡੈਥ ਹੈ ਜੀ 16676 ਇਹ ਤੋਂ ਪਹਿਲਾਂ ਹੋ ਚੁੱਕੀ ਹੈ ਹੋ ਚੁੱਕੀ ਹੈ 16676 ਹਾਂਜੀ ਤੇ ਬੈਲਜੀਅਮ ਦੇ ਵਿੱਚ ਜਿਹੜੀ ਹੈ ਰਿਕਵਰੀ ਬੜੀ ਆ ਉੱਥੇ ਬੜੀ ਡੈਥਸ ਦਾ ਰੇਟ 3000 ਦੇ ਨੇੜੇ ਤੇ ਜਿਹੜੀ ਹੈ ਜਿੱਥੇ ਇਟਲੀ 'ਚ ਰੌਲਾ ਪਿਆ ਸੀਗਾ ਉੱਥੇ ਸਿਰਫ 18279 ਡੈਥਸ ਨੇ ਤੇ ਜੇਕਰ ਫਰਾਂਸ ਦੀ ਗੱਲ ਕਰੀਏ ਟਲ ਸਭ ਫਰਾਂਸ ਸਭ ਤੋਂ ਵੱਧ ਜਿਹੜਾ ਹੈ ਉੱਥੇ 12200 ਡੈਥਸ ਹੋਈਆਂ ਨੇ ਫਿਰ ਸੁਪੇਨ ਹੈ ਜੀ 15483 ਡੈਥਸ ਨੇ ਆਇਰਲੈਂਡ ਦੇ ਵਿੱਚ 263 ਹੈ ਯੂਨਾਈਟਿਡ ਕਿੰਗਡਮ ਦੇ ਵਿੱਚ 8000 ਦੇ ਨੇੜੇ ਤੇੜੇ ਡੈਥਸ ਨੇ ਤੇ ਜਰਮਨੀ ਦੇ ਵਿੱਚ ਸਿਰਫ 2500 ਡੈਥਸ ਸੋ ਕਹਿੰਤ ਪਾਪੀ ਆਪਾਂ ਗੱਲ ਚੀਨ ਤੋਂ ਜਿੱਥੋਂ ਉੱਠੀ ਸੀ ਚੀਨ ਦੇ ਵਿੱਚ ਬੜਾ ਰੌਲਾ ਸੀਗਾ ਚੀਨ ਤੋਂ ਗੱਲ ਉੱਠੀ ਤੇ ਚੀਨ ਦੇ ਵਿੱਚ ਡੈੱਥਸ ਬੜੀਆਂ ਉਹਨਾਂ ਨੇ ਕੰਟਰੋਲ ਕੀਤੀਆਂ ਉਹ ਤਾਂ 3000 ਤੇ ਰਹਿ ਗਏ ਤੇ ਅਮਰੀਕਾ ਜਿਹੜਾ 16000 ਤੇ ਹੋ ਗਿਆ ਨਹੀਂ ਅਮਰੀਕਾ ਦਾ ਇਹ ਕਹਿਣਾ ਹੈ ਕਿ 3000 3336 ਹੈ ਜਿਹੜਾ 3336 ਦਾ ਅੰਕੜਾ ਕਹਿੰਦੇ ਇਹ ਇੰਨਾ ਨਹੀਂ ਜ਼ਿਆਦਾ WHU ਦੇ ਚੀਫ ਦੇ ਉੱਤੇ ਉਹਨਾਂ ਨੂੰ ਰੋਲਾ ਬਾਈ ਹੀ ਹੈ ਕਹਿੰਦੇ ਵੀ ਇਹ ਸਾਨੂੰ ਜਿਹੜੀ ਹੈ ਸਹੀ ਅੰਕੜੇ ਦਿੱਤੇ ਨੇ ਚੀਨ ਨੇ ਅੰਕੜੇ ਛੁਪਾਏ ਹੈ ਛੁਪਾਏ ਮੰਨ ਲਓ ਉਹਨਾਂ ਨੇ ਛੁਪਾਏ ਵੀ ਹੋਣਗੇ ਹਮਮ ਲੇਕਿਨ ਕੰਟਰੋਲ ਤਾਂ ਹੋ ਗਿਆ ਕੰਟਰੋਲ ਤਾਂ ਹੋ ਗਿਆ ਉਹਨਾਂ ਨੇ ਜ਼ਿੰਦਗੀ ਲਈ ਤੇ ਚੜਾਤੀ ਜ਼ਿੰਦਗੀ ਲਈ ਤੇ ਚੜਾਤੀ ਉਹਨਾਂ ਨੇ ਬੰਦੇ ਭਾਵੇਂ ਉਹਨਾਂ ਦੇ 36 3336 ਦੀ ਬਜਾਏ ਉਹਨਾਂ ਦਾ 2 ਲੱਖ ਮਰ ਗਿਆ ਹੋਗਾ ਹਮਮ ਹਮਮ ਲੇਕਿਨ 2 ਲੱਖ ਬਦਲੇ ਦੇ ਮਰਨ ਤੋਂ ਬਾਅਦ ਉਹਨਾਂ ਨੇ ਆਪਣਾ ਆਪ ਸੰਭਾਲਤਾ ਲਿਆ ਨਾ ਜੀ ਜੀ ਜਦੋਂ ਕਿ ਬਾਕੀ ਦੁਨੀਆ ਦੇ ਵਿੱਚ ਸੰਭਲਣ ਵਾਲੀ ਕੋਈ ਗੱਲ ਹੀ ਨਹੀਂ ਹੈ ਹਮਮ ਹਮਮ ਦਿਨ ਬਦਿਨ ਹਾਲਾਤ ਜਿਹੜੇ ਆ ਖਰਾਬ ਹੁੰਦੇ ਜਾਂਦੇ ਜੀ ਕਿਉਂਕਿ ਸੁਪਰ ਪਾਵਰ ਤਾਂ ਅਮਰੀਕਾ ਹੈ ਹੂੰ ਹੂੰ ਜੇ ਅਮਰੀਕਾ ਦੀ ਸਥਿਤੀ ਇਹ ਹੈ ਕਿ ਅਮਰੀਕਾ ਨੂੰ ਭਾਰਤ ਤੋਂ ਦਵਾਈਆਂ ਮੰਗਣੀਆਂ ਪੈਗੀਆਂ ਜੀ ਤੇ ਇਹ ਤੋਂ ਆਪਾਂ ਗੰਭੀਰਤਾ ਦਾ ਅੰਦਾਜ਼ਾ ਲਾ ਸਕਦੇ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਸਭ ਇਹ ਤਾਂ ਆਪਾਂ ਬਾਹਰ ਦੀਆਂ ਗੱਲਾਂ ਕੀਤੀਆਂ ਸੀਗੀਆਂ ਪਰ ਚਪਟ ਮਹਾਰਫ ਕਹਿੰਦੇ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪੁਲਿਸ ਵਾਲੇ ਨੂੰ ਆਪਾਂ ਵੀ ਕਹਿੰਦੇ ਰਿਹਾ ਵੀ ਐਵੇਂ ਕਿਸੇ ਦੇ ਲੱਪੜ ਦਾ ਛੰਡਾ ਕਰੋ ਤੁਸੀਂ ਕਿਤੇ ਆਪ ਨੂੰ ਨਾ ਲਵਾ ਲਿਓ ਬੜੇ ਥਾਂਵਾਂ ਤੇ ਆਪਣੇ ਮੂੰਹ ਦੇ ਉੱਤੇ ਥੱਪੜ ਮਾਰੀ ਜਾਂਦੇ ਹੋਰ ਮਾਰੀ ਜਾਂਦੇ ਸੀ ਹੁਣ ਕਹਿੰਦੇ ਜਦੋਂ ਉੱਥੇ ਛੱਪਟਮਾਰ ਫੜ ਲਿਆ ਲੁਧਿਆਣੇ ਉਹਦੇ ਕਿਤੇ ਲਪੇੜੇ ਲਪੂੜੇ ਕੀਤੇ ਹੋਣੇ ਆ ਤੇ ਉਸ ਤੋਂ ਬਾਅਦ ਕਹਿੰਦੇ ਲੁਧਿਆਣੇ ਪੁਲਿਸ ਦੀ ਨੀਂਦ ਹਰਾਮ ਹੋਈ ਪਈ ਆ ਬੜਾ ਇੰਟਰਸਟਿੰਗ ਕੇਸ ਹੈ ਜੀ ਇਹ ਕੀਰਾਂ ਤਾਂ ਇਹੋ ਲੱਗਦਾ ਕਿ ਇੱਕ ਛੱਪਟਮਾਰ ਫੜ ਲਿਆ ਤੇ ਉਹ ਕੋਰੋਨਾ ਵਾਇਰਸ ਦਾ ਪੀੜਿਤ ਸੀ ਜੀ ਤੇ ਉਹਨੇ ਲੁਧਿਆਣਾ ਪੁਲਿਸ ਨੂੰ ਵਕਤ ਪਾਇਆ ਹੈ ਕਿਉਂ ਪਾਇਆ ਹੈ ਵਕਤ ਕਿਉਂਕਿ ਜਿਸ ਐਸਐਚਓ ਤੇ ਉਹਦੀ ਟੀਮ ਨੇ ਉਹਦੀ ਗ੍ਰਿਫਤਾਰੀ ਪਾਈ ਸੀ ਜਿਸ ਥਾਣੇ ਵਾਲਿਆਂ ਨੇ ਜੀ ਉਹਨਾਂ ਦੇ ਵਿੱਚੋਂ 17 ਬੰਦਿਆਂ ਨੂੰ ਇਨਕਲੂਡਿੰਗ ਐਸਐਚਓ ਜੀ 17 ਬੰਦਿਆਂ ਨੂੰ ਅਲੱਗ-ਥਲੱਗ ਕਰਤਾ ਅੱਛਾ ਜੀ ਕੱਲ੍ਹ ਸ਼ਾਮ ਤੱਕ ਖਬਰ ਇਹ ਸੀ ਕਿ ਸ਼ਾਇਦ 10 ਕਰਤੇ ਹੂੰ ਹੂੰ ਉਸ ਤੋਂ ਬਾਅਦ ਇੱਕ ਖਬਰ ਇਹ ਆ ਗਈ ਸੀ ਕਿ 7 ਰਹਿ ਗਏ ਜੀ ਲੇਕਿਨ ਹੁਣ ਜਿਹੜੀ ਆਥੈਂਟਿਕ ਰਿਪੋਰਟ ਹੈ ਉਹ 17 ਬੰਦੇ ਉਹਨਾਂ ਨੇ ਅਲੱਗ-ਥਲੱਗ ਕਰਤੇ ਜੀ ਇੰਟਰਸਟਿੰਗ ਕਹਾਣੀ ਕਿ ਉਹ ਐਵੀਕ ਵੱਖਰੀ ਗੱਲ ਹੈ ਜਿਹੜਾ ਪੁਲਿਸ ਦਾ ਹੀ ਪਿਆ ਜੀ ਸਾਰੇ ਨੇ ਨੰਗਾ ਕਰਤਾ ਆਪਾਂ ਨੂੰ ਤਾਂ ਕਰ ਪਤਾ ਪਰ ਉਹ ਜੀ ਦੇਖਦੇ ਜਦੋਂ ਵੀ ਪੁਲਿਸ ਕੋਈ ਪ੍ਰੈਸ ਕਾਨਫਰੰਸ ਕਰਦੀ ਹੈ ਉਦੋਂ ਕਹਿੰਦੇ ਆ ਜੀ ਫੁਲਾਨੇ ਥਾਂ ਸਿ ਲਾਇਆ ਹੋਇਆ ਸੀ ਨਾਕਾ ਹੂੰ ਹੂੰ ਆ ਨਸ਼ੇ ਦੇ ਵਪਾਰੀ ਜੀ ਨਸ਼ਾ ਲਈ ਆਉਂਦੇ ਸੀ ਸੈਕਿੰਡ ਜੀ ਦੇ ਕੋਲ ਇੱਕ ਖੱਬੇ ਪਾਸੇ ਇਹਨਾਂ ਦੇ ਝੂਲਾ ਟੰਗੇ ਹੋਇਆ ਸੀ ਇੱਕੋ ਹੀ ਮਤਲਬ ਜਿਹੜਾ ਸਾਈਕਲੋ ਸਟਾਈਲ ਉਹਨਾਂ ਦੀ ਕਹਾਣੀ ਹੁੰਦੀ ਹੈ ਹੂੰ ਹੂੰ ਪੁਲਿਸ ਪਾਰਟੀ ਨਾਕੇ ਤੇ ਖੜੀ ਸੀ ਬੜੀ ਮੁਸਤੈਦ ਸੀ ਜੀ ਤੇ ਪੁਲਿਸ ਪਾਰਟੀ ਨੇ ਜਿਹਦੀ ਤਲਾਸ਼ੀ ਲਈ ਉਹਦੇ ਕੋਲ ਇਹ ਮਟੀਰੀਅਲ ਨਿਕਲਾ ਆ ਹਮ ਹਮ ਅਸੀਂ ਉਹਨੂੰ ਫੜ ਕੇ ਤੇ ਉਹਦੀ ਗ੍ਰਿਫਤਾਰੀ ਪਾਤੀ ਹੈ ਕਈ ਵਾਰੀ ਇਹ ਕਹਿੰਦੇ ਕੋਈ ਵੱਡੀ ਲੜਾਈ ਝਗੜਾ ਹੋ ਜੇ ਕਿ ਬੰਦਾ ਵਾਂਟਡ ਸੀ ਸਾਡਾ ਨਾਕਾ ਲੱਗਿਆ ਸੀ ਨਾਕੇ ਨੂੰ ਦੇਖ ਕੇ ਉਹ ਥੋੜਾ ਜਿਹਾ ਟਸ ਪੂਰੇ ਪੜਾ ਪਾਸਾ ਵਟਿਆ ਹਮ ਹਮ ਪੁਲਿਸ ਨੂੰ ਸ਼ੱਕ ਪੈ ਗਿਆ ਜਾਂ ਕਿ ਉਹਨੂੰ ਰੋਕਿਆ شناخت ਕੀਤੀ ਪਤਾ ਲੱਗਾ ਤੇ ਤਾਂ ਫਲਾਣਾ ਸੇ ਹੋਏ ਅਸੀਂ ਜੀ ਨੂੰ ਗ੍ਰਿਫਤਾਰ ਕਰ ਲਿਆ ਜੀ ਅਜਿਹੀਆਂ ਕਹਾਣੀਆਂ ਘੜੀਆਂ ਜਾਂਦੀਆਂ ਲੇਕਿਨ ਇਹਨਾਂ ਦੇ ਵਿੱਚੋਂ ਕਿੰਨੇ ਪਰਸੈਂਟ ਸੱਚੀਆਂ ਹੁੰਦੀਆਂ ਮੇਰੇ ਖਿਆਲ ਮੁਤਾਬਕ ਇੱਕ ਤੋਂ ਵੀ ਘੱਟ ਪਰ ਟ ਤੋਂ ਵੀ ਘੱਟ ਹੋਣੀ ਹੈ ਜੀ ਇੱਕ ਤੋਂ ਵੀ ਘੱਟ ਹੋਣੀ ਹੈ ਹੁਣ ਇਸ ਕੇਸ ਦੇ ਵਿੱਚ ਕੀ ਹੋਇਆ ਅੱਛਾ ਜੀ ਇਸ ਕੇਸ ਦੇ ਵਿੱਚ ਹੋਇਆ ਕਿ ਇਹ ਦੋ ਛਾਪਟ ਮਾਰ ਸੀ ਜੇਨੀਆ ਲਾਉਣ ਵਾਲੇ ਸਨੇਚਰ ਕਹ ਲੋ ਸਾਰਾ ਛਾਪਟ ਮਾਰਨੀ ਹੈ ਤੇ ਇਹਨਾਂ ਨੇ ਪੱਤਰੇ ਬਾਜ ਜਣੇ ਇਹਨਾਂ ਨੂੰ ਫੜ ਲਿਆ ਆਮ ਲੋਕਾਂ ਨੇ ਅੱਛਾ ਜੀ ਆਮ ਲੋਕਾਂ ਨੇ ਫੜ ਕੇ ਤੇ ਪੁਲਿਸ ਤੇ ਹਵਾਲੇ ਕਰਤਾ ਹੂੰ ਹੂੰ ਪੁਲਿਸ ਨੇ ਵੀਰ ਆ ਦੀ ਸ਼ਾਬਾਸ਼ੇ ਸਾਬ ਕਹਿਣਗੇ ਵੀ ਬੜਾ ਕਾਬਲ ਅਫਸਰ ਐ ਸਾਡਾ ਜੀ ਉਹਨਾਂ ਨੇ ਜੀ ਦਵਾ ਦਾ ਪ੍ਰੈਸ ਕਾਨਫਰੰਸ ਕੀਤੀ ਜੀ ਅਸੀਂ ਆ ਬੰਦੇ ਸੀ ਤੇ ਆ ਸਾਡਾ ਨਕਾ ਲੱਗਿਆ ਸੀ ਜੀ ਅਸੀਂ ਇਹਨਾਂ ਨੂੰ ਫੜ ਲਿਆ ਹੂੰ ਹੂੰ ਫੜ ਕੇ ਜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਵਾਲਾਤ ਚ ਬੰਦ ਕਰਤਾ ਜੀ ਇਹਨਾਂ ਦਾ ਸੀ ਰਿਮਾਂਡ ਲਵਾਗੇ ਤੇ ਅਗਲੀ ਪੁਚਕਿਸ਼ ਹੋਊਗੀ ਹੂੰ ਹੂੰ ਲਓ ਜੀ ਉਸ ਤੋਂ ਬਾਅਦ ਉਹ ਨਜ਼ਾ ਦੋ ਜਾਨੇ ਸੀਗੇ ਜੀ ਦੋਨਾਂ ਨੂੰ ਲੈ ਗਏ ਹਸਪਤਾਲ ਚ ਇੱਕ ਜਾਨੇ ਤੇ ਤਾਂ ਅਜੇ ਤੱਕ ਕੋਟ ਜਿਹੜਾ ਮੋਹਿਨਾ ਕਰਵਾਈ ਰਹੇ ਸੀ ਕਿਉਂਕਿ ਮੋਹਿਨਾ ਕਰਉਣਾ ਜ਼ਰੂਰੀ ਹੁੰਦਾ ਹੈ ਗ੍ਰਿਫਤਾਰੀ ਤੋਂ ਪਹਿਲਾਂ ਹਾਂਜੀ ਹਾਂਜੀ ਤੇ ਦੂਜਾ ਜਿਹੜਾ ਸੀ ਉਹਨੇ ਮਾਰਿਆ ਤੱਕਾ ਪੁਲਿਸ ਕਿਉਂ ਨੇ ਤੇ ਉਹ ਪੱਤਰੇ ਪੱਤਰੇ ਬਚ ਗਿਆ ਰੇਕ ਹੈ ਕਿ ਰੇਕ ਕੋਚ ਹੈ ਚਲੋ ਇੱਕੋ ਦਾ ਮੇਰੇ ਖੱਲ ਵੀ ਪ੍ਰੇਡ ਵੀ ਕੀਤੀ ਹੋਣੀ ਹੈ ਕਿ ਤੇਰੇ ਨਾਲ ਦਾ ਕਿਉਂ ਪਚਿਆ ਹਮ ਹਮ ਭਜ ਨਾਲ ਦਾ ਗਿਆ ਤੇ ਉਹਦੇ ਸ਼ਤਰ ਪ੍ਰੇਡ ਕਰਕੇ ਜੀ ਉਹਨਾਂ ਨੇ ਉਹਦਾ ਲੱਗਦਾ ਵੀ ਕੀਤੀ ਹੋਊਗੀ ਪੱਕਾ ਨਹੀਂ ਮੈਂ ਕਹਿੰਦਾ ਐਵੇਂ ਉਹ ਤਾਂ ਫਿਰ ਮੂੰਹ ਨੂੰ ਨਹੀਂ ਤੇ ਜੇ ਹੱਥ ਤਾਂ ਐਵੇਂ ਤਾਂ ਲੱਗਦੇ ਨਹੀਂ ਤੁਸੀਂ ਹਾਂਜੀ ਅਦਾਲਤ ਚ ਪੇਸ਼ ਕਰਤਾ ਜੀ ਹਮ ਹਮ ਅਦਾਲਤ ਤੋਂ ਬਾਅਦ ਅਦਾਲਤ ਨੇ ਉਹਦਾ ਜੁਡੀਸ਼ੀਅਲ ਵਰੰਤ ਬਣਾਇਆ ਤੇ ਉਹਨੂੰ ਜੇਲ੍ਹ ਭੇਜਤਾ ਜੀ ਤੇ ਜੇਲ੍ਹ ਦੇ ਵਿੱਚ ਜਾ ਕੇ ਜੀ ਦੀ ਹਾਲਤ ਥੋੜੀ ਜਿਹੀ ਖਰਾਬ ਹੋ ਗਈ ਖੰਗ ਵੀ ਹੋ ਗਈ ਬੁਖਾਰ ਵੀ ਆ ਗਿਆ ਜੇ ਤਾਂ ਵੀ ਨਿਸ਼ਾਨੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗੀਆਂ ਹੂੰ ਹੂੰ ਜੀ ਆ ਦੇਖੋ ਇਹ ਤਾਂ ਲੱਗਦਾ ਵੀ ਕਰੋਨਾ ਵਾਲਾ ਉਹ ਕਹਿੰਦੇ ਜੀ ਮੈਡੀਕਲ ਚੈੱਕਅਪ ਕਰਾਓ ਜੀ ਜਦੋਂ ਉਹਦਾ ਟੈਸਟ ਕਰਵਾਇਆ ਤੇ ਟੈਸਟ ਨਿਕਲਾ ਪੋਜ਼ਿਟਿਵ ਹੂੰ ਹੁਣ ਜਿੰਨਾ ਪੁਲਿਸ ਵਾਲਿਆਂ ਨੇ ਫੜਿਆ ਸੀ ਜੀ ਉਹਨਾਂ ਨੂੰ ਤਾਂ ਲੱਗਤ ਲਾ ਕੀਤਾ ਹੀ ਜੀ ਤੇ ਗਾਂ ਸਕੰਜੇ ਦੇ ਵਿੱਚ ਅਦਾਲਤੀ ਕਰਮਚਾਰੀ ਵੀ ਆਗੇ ਜਿਨ੍ਹਾਂ ਨੇ ਉਹਦੇ ਕਾਗਜ਼ ਪੱਤਰ ਬਣਾਏ ਕਿਉਂਕਿ ਅੱਜ ਕੱਲ੍ਹ ਛੁੱਟੀਆਂ ਕਰਫਿਊ ਲਾਉਂਦੇ ਆ ਕਰਫਿਊ ਲੱਗੇ ਹੋਏ ਐ ਕਰਫਿਊ ਲੱਗਿਆ ਹੋਣ ਕਰਕੇ ਅਫਸਰ ਤਾਂ ਕਰੇ ਹੁੰਦੇ ਐ ਲੇਕਿਨ ਉਹ ਲਿਖਤ ਪੜਤ ਜਿਹੜੀ ਕਰਨੀ ਕਰਾਉਣੀ ਹੁੰਦੀ ਐ ਰੀਡਰ ਤਾਂ ਉਹਨਾਂ ਦੇ ਸਟੈਨੂ ਵਗੈਰਾ ਕਰਵਾਉਂਦੇ ਉਹ ਤੋਂ ਬਾਅਦ ਫਿਰ ਅਫਸਰ ਕੋਲੇ ਲਿਜਾ ਕੇ ਜੱਜ ਸਾਹਿਬ ਕੋਲ ਲਿਜਾ ਕੇ ਆਪਣੀ ਦਸਤਖਤ ਕਰਵਾ ਕੇ ਤੇ ਕਾਰਵਾਈ ਕਰ ਦਿੰਦੀ ਐ ਜੀ ਹੁਣ ਬੰਦਾ ਉਹਨਾਂ ਦੇ ਵੀ ਸੰਪਰਕ ਦੇ ਵਿੱਚ ਆਇਆ ਬੈ ਕੰਟੈਕਟ ਦੇ ਵਿੱਚ ਆਇਆ ਕਿਉਂਕਿ ਬਿਮਾਰੀ ਤਾਂ ਕੰਟੈਕਟ ਨਾਲ ਬਣਦੀ ਐ ਜੀ ਤੇ ਫਿਰ ਜੇਲ੍ਹ ਦੇ ਵਿੱਚ ਹੁਣ ਇਹ ਕਿ ਜਿਹੜੇ 17 ਬੰਦੇ ਤਾਂ ਜਿਹੜੇ ਅਲੱਗ-ਥਲੱਗ ਕਰਦੇ ਅੱਛਾ ਜੀ ਵੱਡਾ ਸਵਾਲ ਇਹ ਹੈ ਕਿ ਜੇਲ ਵਾਲੇ ਜੇਲ ਦੇ ਵਿੱਚੋਂ ਕਿੰਨੇ ਬੰਦਿਆਂ ਦੇ ਸੰਪਰਕ ਚ ਆਇਓ ਇਹ ਤਾਂ ਵੇਖਣ ਵਾਲੀ ਗੱਲ ਇਹ ਵੱਡੀ ਗੱਲ ਹੈ ਕਿ ਉਹਨੇ ਕਿੱਡਾ ਵੱਡਾ ਪੜਾਕਾ ਪੋਣੇ ਜਿਹੜਾ ਕਹਿੰਦਾ ਉੱਥੇ ਬੈਣਾ ਜਿਹੜੇ ਆਪਾਂ ਕਹਿੰਦੇ ਜੇਲ ਵਾਲੇ ਵਿਚਾਰੇ ਸੌਖੇ ਐ ਹਾਂ ਹਾਂ ਜੇਲ ਵਾਲੇ ਕਹਿੰਦੇ ਜੇਲ ਵਾਲੇ ਕਿ ਬਾਹਰੋਂ ਬੰਦਾ ਨਹੀਂ ਜਾਂਦਾ ਸੀ ਹੁਣ ਇਹ ਜਿਹੜੀ ਹੈਗੀ ਹੈ ਆਪ ਦੀ ਸ਼ਾਬਾਸ਼ੇ ਬਣਾਉਣ ਵਾਸਤੇ ਸ਼ਾਇਦ ਉਹਨਾਂ ਤੋਂ ਕੁਝ ਫੜਿਆ ਹੋਵੇ ਨਾ ਫੜਿਆ ਹੋਵੇ ਕੋਈ ਕਾਰਵਾਈ ਕਰਕੇ ਉਹ ਜਿਹੜਾ ਕਰ ਕਰਾਰ ਕੇ ਅਦਾਲਤੀ ਕਰਮਚਾਰੀ ਵੀ ਵਕਤ ਨੂੰ ਫੜੇਗੇ ਜੀ ਜੇਲ ਵਾਲੇ ਵੀ ਵਕਤ ਨੂੰ ਫੜੇਗੇ ਤੇ ਜਿਹੜੇ ਲੋਕਾਂ ਨੇ ਹਜੇ ਉਹਦੇ ਕੁੱਟਮਾਰ ਕੀਤੀ ਉਹਨਾਂ ਦਾ ਪਤਾ ਨਹੀਂ ਕੀ ਬਣੂ ਉਹਨਾਂ ਦਾ ਤਾਂ ਜੇ ਤੱਕ ਹੁਣ ਜਿਹੜੇ ਹੈ ਆਪਣੇ ਥੋੜੇ ਹੈਲਥ ਡਿਪਾਰਟਮੈਂਟ ਵਾਲੇ ਕੰਟੈਕਟ ਵਾਲੇ ਲੱਭਣਗੇ ਨਾ ਉਹਨਾਂ ਦੀ ਵੀ ਕੌਣ ਹੈ ਅਗਲੀ ਗੱਲ ਇਹ ਆ ਗਈ ਕਿ ਜਿਹੜਾ ਚੋਰ ਹੈ ਜਾਂ ਝਪਟ ਮਾਰੇ ਹੂੰ ਉਹ ਸ਼ਨਾਖਤ ਕਿਵੇਂ ਕਰੂਗਾ ਹੂੰ ਕਿ ਮੈਨੂੰ ਕੁੱਟਣ ਵਾਲੇ ਕਿਹੜੇ-ਕਿਹੜੇ ਸੀ? ਹਾਂਜੀ ਉਹ ਕਿਹੜਾ ਮਰਸੀ ਦੇ ਪੁੱਤ ਹੈ? ਹਾਂ ਹਾਂ ਜੇ ਨਾਲ ਪੜ੍ਹਦੇ ਰਹੇ ਉਹ ਤਾਂ ਸਧਾਰਨ ਬੰਦੇ ਸੀ ਉਹਨਾਂ ਨੇ ਕੁੱਟਮਾਰ ਕਰਤੀ ਹੋਣੀ। ਪੁਲਿਸ ਵਾਲਿਆਂ ਨੂੰ ਵੀ ਇਹਨਾਂ ਨੇ ਕਹਤੋ ਵੀ ਇੰਨੇ ਕੈ? ਜੀ ਕੀ ਪਤਾ ਪੁਲਿਸ ਵਾਲੇ ਉੱਥੇ ਕਿੰਨੇ ਹੋਣਗੇ? ਹੂੰ ਹੂੰ ਅਗਲੀ ਗੱਲ ਇਹ ਹੈ ਕਿ ਜਿਹੜੀ ਹਵਾਲਾਤ ਦੇ ਵਿੱਚ ਉਹਨੂੰ ਬੰਦ ਰੱਖਿਆ ਹੋਊਗਾ। ਉਹ ਉਹਦੇ ਵਿੱਚ ਕਿੰਨੇ ਬੰਦੇ ਉਹ ਹਵਾਲਾਤ ਦੇ ਵਿੱਚ ਕਿੰਨੇ ਬੰਦੇ ਆਏ ਹੋਣਗੇ ਤੇ ਕਿੰਨੇ ਬੰਦੇ ਨਿਕਲ ਗਏ ਹੋਣਗੇ? ਕਿਉਂਕਿ ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈ ਤੇ ਉੱਥੇ ਕ੍ਰਾਈਮ ਬੜਾ ਹੁੰਦਾ ਹੈ। ਗਾਂ ਥਾਣਾ ਵੀ ਕਿਹੜਾ ਫੋਕਲ ਹਵਾਲਾਤਾ ਉੱਤੇ ਨਾਲ ਦੀ ਨਾਲ ਹੀ ਮਤਲ ਜਿਹੜੀ ਹੈਗੀ ਇੱਕ ਉਹ ਬਣੀ ਹੋਈ ਹੈ ਆਵਾਜਾਈ ਬਣੀ ਹੁੰਦੀ ਹੈ ਨੂੰ ਕੱਢ ਲੈਂਦੇ ਦੋਆ ਨੂੰ ਕੱਢ ਲੈਂਦੇ ਤੇ ਪੰਜ ਆ ਜਾਂਦੇ ਹੂੰ ਹੂੰ ਕਿੰਨੇ ਬੰਦੇ ਉੱਥੇ ਹੋੜਾ ਹੋਣਗੇ ਤੇ ਕਿੰਨੇ ਪੁਲਿਸ ਵਾਲਿਆਂ ਨੇ ਜਿਹੜਾ ਉਹਦਾ ਲੋਕ ਹੈ ਹੂੰ ਹੂੰ ਜਿਹੜਾ ਹਵਾਲਾ ਦਾ ਹੈਂਡਲ ਹੁੰਦਾ ਹੈ ਜੀ ਜੀ ਕਿੰਨਾ ਨੇ ਉਹਨੂੰ ਹੱਥ ਪਾ ਕੇ ਖੋਲਿਆ ਹੋਊ ਤੇ ਕਿੰਨੇ ਵਾਰੀ ਅੜਾਇਆ ਹੋਊ ਕਿੰਨੇ ਉੱਥੇ ਲਏ ਹੋਣਗੇ ਤੁਹਾਡੇ ਜਿੰਦੇ ਕੁੱਝ ਗਏ ਇਹ ਆਪਣੀ ਥਾਂ ਦੇ ਉੱਤੇ ਇਹ ਮੁਸੀਬਤ ਜਿਹੜੀ ਹੈ ਕਾਫੀ ਵੱਡੀ ਬਣ ਗਈ ਹੈ ਜੀ ਜੀ ਇਹ ਗੱਲ ਤਾਂ ਵੈਸੇ ਢਿੱਲੋ ਸਾਬ ਪਹਿਲਾਂ ਹੀ ਕਈ ਜਿਹੜੇ ਸਿਆਣੇ ਅਫਸਰ ਸੀਗੇ ਨਾ ਉਹ ਤਾਂ ਪਹਿਲਾਂ ਹੀ ਕਰੀ ਜਾਂਦੇ ਯਾਰ ਇਹ ਕੰਮ ਨਾ ਕਰੋ ਤੁਸੀਂ ਮੂੰਹ ਤੇ ਥੱਪੜ ਥੁੱਪੜ ਮਾਰਨ ਵਾਲਾ ਨਾ ਕਰੋ ਪਤਾ ਨਹੀਂ ਕਿੱਥੇ ਕਿੱਥੇ ਕਿਉਂਕਿ ਬਾਦੀ ਬੜੀ ਹੈ ਢਿੱਲੋ ਸਾਬ ਅੱਜ ਮੈਂ ਬੜੇ ਸਿਆਣੇ ਬੰਦੇ ਦੀ ਗੱਲ ਮੈਨੂੰ ਕੀਤੀ ਕਹਿੰਦਾ ਦਾਦੇ ਸਾਬ ਕੱਲ ਇਹ ਹੈ ਕਿ ਜੇ ਭਾਰਤ ਦੇ ਵਿੱਚ ਇਹ ਕੰਮ ਚੱਲ ਗਿਆ ਨਾ ਦੂਜੇ ਤਾਂ ਜਿਹੜੇ ਫੇਰ ਵੀ ਹੈ ਵੈਸੇ ਤਾਂ ਪੜੇ ਲਿਖੇ ਤਾਂ ਕੋਈ ਨਿਊਯਾਰਕ ਦੇ ਵਿੱਚ ਵੀ ਬਾਲੇ ਹੈ ਨਹੀਂ ਉਹ ਵੀ ਮੈਂ ਅੱਜ ਵੀਡੀਓ ਦੇਖੀ ਜਾਂਦਾ ਸੀ ਛਰਾਰਤੀ ਬੰਦਾ ਇੱਕ ਸਟੋਰ ਚ ਜਾਂਦਾ ਚਾਹ ਦੀ ਉਹ ਕਿਤਲੀ ਖੋਲਦਾ ਜਿਹੜੀ ਜੋ ਠੰਡੀ ਚਾਹ ਹੁੰਦੀ ਹੈ ਉੱਥੇ 5-5 ਲੀਟਰ ਦੀ ਉਹਦੇ ਥੁੱਕ ਕੇ ਤੁਰ ਜਾਂਦਾ ਨਾਲੇ ਵੀਡੀਓ ਬਣਾ ਲੈਂਦਾ ਇਹੋ ਜਿਹਾ ਪਾਗਲ ਤਾਂ ਉੱਥੇ ਹੀ ਬੜੇ ਨੇ ਪਰ ਗੱਲੇ ਕੀ ਇੱਥੇ ਤਾਂ ਵੈਸੇ ਨਹੀਂ ਘਾਟ ਮੈਂ ਤਾਂ ਹੈਰਾਨ ਹਾਂ ਜੀ ਇਹ ਲੰਗਰ ਵੰਡੇ ਜਾਂਦੇ ਤਾਂ ਲੈਣਾ ਲੱਗ ਜਾਂਦੀਆਂ ਹੁਣ ਚੰਗੇ ਮੈਂ ਟੱਲੋ ਸਾ ਮੈਂ ਹੈਰਾਨ ਚੰਗੀਆਂ ਚੰਗੀਆਂ ਬਸਤੀਆਂ ਲੰਗਰ ਵੰਡੀ ਜਾਂਦੇ ਬਿਲਕੁਲ 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 ਜਿੱਥੇ ਆਪਾਂ ਕਹਿ ਸਕਦੇ ਵ ਇਥੇ ਸਰਦੇ ਭੁਗਦੇ ਲੋਕ ਆ ਤੇ ਲੰਗਰ ਦਾ ਤੁਸੀਂ ਸ਼ਹਿਰ ਦੇ ਵਿੱਚ ਜਿੱਥੇ ਮਰਜ਼ੀ ਲਾ ਦੇ ਉੱਥੇ ਗੱਡੀ ਰੋਕ ਕੇ ਖਰੇ ਕੀ ਖਾਣ ਲੱਗ ਪਏ ਖਬਰਾਂ ਜਿਹੜੀਆਂ ਆ ਰਹੀਆਂ ਕਿ ਬਿਹਾਰ ਦੀ ਜਿਹੜੀ ਸਰਕਾਰੀ ਵੈਬਸਾਈਟ ਹੈ ਕਿਸੇ ਨੇ ਇਥੋਂ ਪਾਤਾ ਅੱਛਾ ਹੀ ਕਿ ਹਾਲਤ ਬੀੜਿੰਗ ਮੇਰੀ ਬੜੀ ਮਾੜੀ ਹੈ ਜੀ ਮੈਂ ਤਾਂ ਬੈਠਾ ਆਪਦੇ ਅੰਦਰ ਤੇ ਭੁੱਖਾ ਮਰ ਰਿਹਾ ਟੱਬਰ ਸਾਰਾ ਭੁੱਖਾ ਮਰ ਰੇ ਅੱਛਾ ਹੀ ਹੁਣ ਬਿਹਾਰ ਦੀ ਸਰਕਾਰ ਕੋਲੇ ਗਿਆ ਉਹਨਾਂ ਨੇ ਪੰਜਾਬ ਸਰਕਾਰ ਨੂੰ ਫਾਰਮ ਭਰ ਦਿੱਤਾ ਠੀਕ ਲਿਖਤੀ ਹਨ ਨਾਲ ਦੀ ਨਾਲ ਹੀ ਜੀ ਅੱਜਕੱਲ ਤਾਂ ਆਨਲਾਈਨ ਹਾਂ ਹਾਂ ਬਿਲਕੁਲ ਜੀ ਪੰਜਾਬ ਸਰਕਾਰ ਵੀ ਯਾਰ ਉਹਨਾਂ ਨੇ ਆਇਆ ਇੱਥੇ ਜੀ ਹੁਣ ਆਪਣੇ ਬੰਦੇ ਵੀ ਬਿਹਾਰ ਚ ਫਸ ਸਕਦੇ ਪੰਜਾਬ ਸਰਕਾਰ ਨੇ ਕਿਹਾ ਜਾਓ ਜੀ ਜੇਕਰ ਦਾ ਹਮ ਕਰਮਚਾਰੀ ਪਹੁੰਚ ਗਏ ਜਦੋਂ ਜਾ ਕੇ ਘਰ ਦੀ ਸਥਿਤੀ ਲਈ ਤੇ ਉਹ ਕਹਿੰਦੇ ਸਮਾਨ ਨੂੰ 2 ਮਹੀਨੇ ਤੱਕ ਰੱਖੀ ਬੈਠਾ ਤੇ ਸਭ ਇੱਕ ਤਾਂ ਉਦੋਂ ਵੱਧ ਨਿਕਲਿਆ 2 ਮਹੀਨੇ ਛਾੜ ਇੱਕ ਤਾਂ ਪੰਸਾਰੀ ਦੀ ਦੁਕਾਨ ਹੀ ਖੋਲੀ ਬੈਠਾ ਸੀ ਅੰਦਰ ਠੀਕ ਹੈ ਠੀਕ ਹੈ 20 25 ਗੱਟੇ ਚੌਲਾਂ ਦੇ ਰਾਸ਼ਨ ਦੇ ਉਹ ਕਿਤੇ ਕੋਈ ਫੈਕਟਰੀ 'ਚ ਬੈਠਾ ਸੀ ਉਹ ਵੀ ਉਹਨਾਂ ਨੇ ਪਾਤੀ ਉਹ ਵਿਚਾਰਾ ਥਾਣੇਦਾਰ ਕਹਿੰਦਾ ਯਾਰ ਭਲੇ ਮਾਨਸੋ ਪੰਸਾਰੀ ਦੀ ਹੱਟੀ ਤੁਸੀਂ ਘਰੇ ਬਣਾਈ ਬੈਠੇ ਹੋ ਫੇਰ ਕਹਿੰਦਾ ਕਰੀ ਜਾਂਦੇ ਇੱਕ ਦਾ ਉਹ ਵੀਡੀਓ ਵਾਇਰਲ ਹੋਈ ਜਾਂਦਾ ਉਹ ਕਹਿੰਦੀ ਮੇਰੇ ਜਵਾਖ ਨੂੰ ਚੀਜ਼ੀਆਂ ਵੀ ਦੇ ਦਿਓ ਚਲੋ ਇਹੋ ਜਿਹੇ ਲੋਕ ਆ ਪਰ ਇਹੋ ਜਿਹੇ ਲੋਕ ਵੀ ਆ ਜਿੱਥੇ ਸੰਸਕਾਰ ਕਰਾਉਣ ਦੇ ਲਈ ਪੁਲਿਸ ਨੂੰ ਡੰਡਾ ਵੀ ਭਰਉਣਾ ਪੈਂਦਾ ਹੈ ਬਿਲਕੁਲ ਜੀ ਬਿਲਕੁਲ ਇਹ ਕਿੱਥੇ ਘਟਨਾ ਹੋਈ ਹੈ ਇਹ ਜਲੰਧਰ ਹੋਈ ਹੈ ਜੀ ਅੱਛਾ ਜੀ ਜਲੰਧਰ ਦੇ ਵਿੱਚ ਪ੍ਰਵੀਨ ਸ਼ਰਮਾ ਨਾਮ ਦੇ ਇੱਕ ਵਿਅਕਤੀ ਦੀ ਮਿੱਠਾ ਬਾਜ਼ਾਰ ਦੇ ਵਿੱਚ ਮੌਤ ਹੁੰਦੀ ਹੈ ਉਹ ਕਰੋਨਾ ਤੋਂ ਪੀੜਤ ਸੀ ਔਰ ਉਹ ਕਾਂਗਰਸੀ ਆਗੂ ਦੀਪਕ ਸ਼ਰਮਾ ਦਾ ਵਾਪਸੀ ਹੂੰ ਲੋ ਜੀ ਜਦੋਂ ਮੌਤ ਹੋ ਗਈ ਹਸਪੀਟਲ ਚ ਮੌਤ ਹੋ ਗਈ ਚਾਕੇ ਸੰਸਕਾਰ ਕਰਾਉਣਾ ਸੀ ਹੂੰ ਤੇ ਸੰਸਕਾਰ ਕਰਾਉਣ ਵਾਸਤੇ ਹਰਨਾਮਦਾਸਪੁਰਾ ਦਾ ਜਿਹੜਾ ਸ਼ਮਸ਼ਾਨ ਘਟ ਹੈ ਜੀ ਉਹ ਉੱਥੇ ਫੈਸਲਾ ਕਰ ਲਿਆ ਵੀ ਉੱਥੇ ਕਰਾਂਗੇ ਹੂੰ ਕਿਉਂਕਿ ਅੱਜ ਕੱਲ ਇਹਦਾ ਸੰਸਕਾਰ ਹੁੰਦਾ ਭਾਵੇਂ ਪਰਿਵਾਰਕ ਮੈਂਬਰ ਵੀ ਨਾਲ ਹੋਣ ਜੀ ਲੇਕਿਨ ਇੱਕ ਵਕਾਇਦਾ ਟੀਮ ਹੁੰਦੀ ਹੈ ਹੂੰ ਐਗਜ਼ੀਕਟਿਵ ਮੈਜਿਸਟ੍ਰੇਟ ਆਪ ਜਾਂ ਉਹਦੇ ਵੱਲੋਂ ਨਾਮਜ਼ਦ ਵਿਅਕਤੀ ਜੀ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਪੁਲਿਸ ਵਾਲਾ ਕੋਈ ਨਾ ਕੋਈ ਅਫਸਰ ਪਰਿਵਾਰਕ ਮੈਂਬਰ ਜਿਸ ਬੰਦੇ ਨੇ ਸੰਸਕਾਰ ਕਰਨਾ ਹੁੰਦਾ ਜੀ ਸ਼ਮਸ਼ਾਨ ਘਾਟ ਦਾ ਕਰਮਚਾਰੀ ਉਹ ਇਹਨਾਂ ਚੋਂ ਸਾਰਿਆਂ ਨੂੰ ਕਿੱਟਾਂ ਵਗੈਰਾ ਪਹਿਨਾਈ ਜਾਂਦੀ ਹੈ ਨੀ ਪ੍ਰੋਟੈਕਟਿਵ ਕਿੱਟ ਹੈ ਉਹ ਪਹਿਨਾਈ ਜਾਂਦੀ ਹੈ ਕਿੰਝੋਰੀ ਤਰ੍ਹਾਂ ਹੋ ਆਪਣਾ ਠੀਕ ਹੈ ਜਿੱਦੋਂ ਹਰ RAMDAS ਪੁਰਾਲੇ ਪਾਸੇ ਤਿਆਰੀਆਂ ਹੋਣਗੀਆਂ ਸ਼ੁਰੂ ਹੋਗੀਆਂ ਜੀ ਤੇ ਫੇਰ ਉਸ ਲਾਕੇ ਦੇ ਲੋਕ ਸੀ ਜਿਹੜੇ ਹੂੰ ਹੂੰ ਉਹ ਕਹਿੰਦੇ ਜੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਜੀ ਕਿ ਇਸ ਬੰਦੇ ਦਾ ਸੰਸਕਾਰ ਇੱਥੇ ਹੋਵੇ ਹੂੰ ਹੂੰ ਸੰਸਕਾਰ ਤਾਂ ਖੇਤਾਂ 'ਚ ਹੋਣਾ ਚਾਹੀਦਾ ਹੈ ਅੱਛਾ ਜੀ ਬਦਕਿਸਮਤੀ ਸਾਡੀ ਇਹ ਹੈ ਕਿ ਪਦਮਸ਼ਰੀ ਹੂੰ ਹੂੰ ਅ ਹਜੂਰੀ ਰਾਗੀ ਜੀ ਦਰਬਾਰ ਸਾਹਿਬ ਦੇ ਭਾਈ ਨਿਰਮਲ ਸਿੰਘ ਹੂੰ ਹੂੰ ਰਾਗੀ ਜਿਹੜੇ ਉਹਨਾਂ ਦੀ ਵੀ ਮੌਤ ਹੋਈ ਸੀ ਇਸੇ ਕਾਰਨ ਜੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਉਹ ਸੱਜਣ ਸੀਗੇ ਜਦੋਂ ਉਹਨਾਂ ਦਾ ਸੰਸਕਾਰ ਹੋਣ ਲੱਗਿਆ ਸੀ ਤੇ ਉਦੋਂ ਵੀ ਵੇਰਕਾ ਦੇ ਇਲਾਕੇ ਦੇ ਲੋਕਾਂ ਨੇ ਵਿਰੋਧ ਕੀਤਾ ਸੀ ਲੇਡਰ ਉਹਨਾਂ ਨੂੰ ਬਾਅਦ ਦੇ ਵਿੱਚ ਸ਼ਮਸ਼ਾਨ ਘਾਟ ਦੀ بجائے ਖੇਤ ਦੇ ਵਿੱਚ ਸੰਸਕਾਰ ਕਰਤਾ ਜੀ ਇਹ ਉਹਨ ਇੱਕ ਨਮੀ ਕਿਸਮ ਦੀ ਫਿਰਤ ਪੈ ਗਈ ਹਾਂ ਵੀ ਇਹ ਰਵਾਜ ਹੀ ਬਣ ਗਿਆ ਲੋਕ ਕਹਿੰਦੇ ਜੀ ਅਸੀਂ ਨਹੀਂ ਇੱਥੇ ਕਰਨ ਦੇ ਤੇ ਇਹਨਾਂ ਨੂੰ ਤੁਸੀਂ ਉੱਥੇ ਕਰਵਾਓ ਹੂੰ ਹੂੰ ਇਹਦੇ ਤੇ ਦੂਜੇ ਪਾਸੇ ਹੁਣ ਸਰਕਾਰ ਨੇ ਵੀ ਇਸ ਗੱਲ ਤਾਂ ਥੋੜਾ ਜਿਹਾ ਸਟੈਂਡ ਲਿਆ ਵੀ ਜੇ ਐਂ ਕਰਨ ਲੱਗੇ ਤਾਂ ਇੱਕ ਵੱਡੀ ਮੁਸੀਬਤ ਖੜੀ ਹੋ ਜਾਣੀ ਜੀ ਅੱਜ ਤੁਸੀਂ ਦੇਖ ਹੀ ਲਿਆ ਹੋਣਾ ਖਬਰਾਂ ਆਈ ਗਈਆਂ ਸੋਸ਼ਲ ਮੀਡੀਆ ਤੇ ਵਿਆਗ ਗਿਆ ਕਿ ਮੁਹਾਲੀ ਦੇ ਇਲਾਕੇ ਦੇ ਵਿੱਚ ਇੱਕ ਸਰਪੰਚ ਸਾਹਿਬ ਦੀ ਮੌਤ ਹੋਈ ਹੈ ਜੀ ਬੜੇ ਰਿਪਿਊਟਡ ਸਰਪੰਚ ਸਾਹਿਬ ਸਮਾਜ ਸੇਵਕ ਸੀ ਹਮਮ ਔਰ ਇਹ ਬਹਿਮ ਕੱਢਣ ਬਾਅਦ ਤੇ ਕਿ ਭਾਈ ਸੰਸਕਾਰ ਤੇ ਜਾਣ ਨਾਲ ਕੁਝ ਨਹੀਂ ਹੁੰਦਾ ਕਿ ਪਿਛਲੇ ਦਿਨਾਂ ਚ ਆਪਾਂ ਦੇਖਿਆ ਦੋ ਤਿੰਨ ਤਾਂ ਅਜਿਹਾ ਕਿ ਡਰਾਮਾ ਹੋਈਆਂ ਹਮਮ ਜਿੱਥੇ ਆਪਦੇ ਨੇ ਸੰਸਕਾਰ ਚ ਜਾਣ ਤੋਂ ਇਨਕਾਰ ਕਰਤਾ ਸੀ ਅਗਨੀ ਦਿਖਾਉਣ ਤੋਂ ਇਨਕਾਰ ਕਰਤਾ ਸੀ ਬੜੀ ਉਹਨਾਂ ਦੀ ਤੋਏ ਤੋਏ ਹੋਈ ਹੈ ਅੱਜ ਪੰਜਾਬ ਦੇ ਹੈਲਥ ਮਿਨਿਸਟਰ ਮਿਸਟਰ ਬਲਬੀਰ ਸਿੰਘ ਸਰਪੰਚ ਦੇ ਸੰਸਕਾਰ ਸ਼ਾਮ ਰੁਏ। ਅੱਛਾ ਜੀ। ਉਹਨਾਂ ਨੇ ਕਿਹਾ ਕਿ ਮੈਂ ਐ ਆਇਆ ਹਾਂ ਯਾਰ ਤੁਸੀਂ ਕੋ ਟੋਕਟ ਸੋਚ ਤਾ ਲੋ ਐਡੀ ਗੱਲ ਨਹੀਂ ਹੈ ਤੁਸੀਂ ਜਾਣ ਦਿਓ। ਇੱਥੇ ਉਹਨੂੰ ਸਰਕਾਰ ਨੇ ਕਿਹਾ ਵੀ ਜੇ ਐ ਹੋਣ ਲੱਗੇ ਤਾਂ ਫਿਰ ਸੰਸਕਾਰ ਹੋਣਗੇ ਕਿਵੇਂ? ਹੋਣਗੇ ਕਿਵੇਂ? ਬਥੇਰੀ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਮਿੰਤਦਰਲੇ ਰਸਿੰਗਾਂ ਬਲਤਿਆਂ ਸ਼ਿਰਾਨੀ। ਜੀ। ਕਹਿੰਦੇ ਜੀ ਅੱਜ ਕੱਲ ਇੱਕ ਹੋਰ ਸਥਿਤੀ ਹੈ। ਹੂੰ ਹੂੰ। ਕਿ ਪੁਲਿਸ ਵਾਲੇ ਕੋਈ ਸ਼ਕਤੀ ਨਾ ਕਰਨ ਤੇ ਫਿਰ ਮੂਰੇ ਲੇਡੀਜ਼ ਨੂੰ ਲਾ ਦਿੰਦੇ। ਜੀ। ਉੱਥੇ ਵੀ ਜੇ ਇਹ ਕਵੇ ਤਾਂ ਸ਼ੁਰੂ ਤੋਂ ਰਿਵਾਜ ਹੀ ਆ ਭਈ ਲੇਡੀਜ਼ ਨੂੰ ਤਾਂ ਅੱਗੇ ਲਾ ਦੋ ਵੀ ਜੇ ਕਿਤੇ ਉੱਥੇ ਤੱਕਾ ਮੁੱਕੀ ਹੋ ਗਈ ਤਾਂ ਫਿਰ ਦਾਨੇ ਵਾਲਿਆ ਸਾਹਿਬ ਮੇਰੇ ਨਾਲ ਹੁਣ ਫਿਰ ਗੱਲ ਯਾਦ ਆ ਗਈ ਹੈ ਛੋਟੇ ਹੁੰਦੇ ਸੀ ਨਾ ਜਦੋਂ ਹਾਂ ਹਾਂ ਤੇ ਉਦੋਂ ਜੇ ਕੋਈ ਵੱਡਾ ਬੰਦਾ ਕਹਿ ਦਿੰਦਾ ਨਾ ਜਵਾਕ ਨੂੰ ਵੀ ਤੂੰ ਐ ਕਰਕੇ ਆ ਕੰਮ ਕਰ ਲੈ ਜਿਹੜਾ ਬੱਦੇ ਬੰਦੇ ਦੇ ਵਸਤਾ ਰੱਖ ਹੁੰਦਾ ਸੀ ਤਾਂ ਫਿਰ ਬੁੜੀਆਂ ਮਿਹੜਾ ਦਿੱਦੀਆਂ ਹੁੰਦੀਆਂ ਸੀ ਹਾਂ ਹਾਂ ਵੀ ਰਹਿਣ ਦੇ ਰਹਿਣ ਦੇ ਆਪ ਮਰਲਾ ਤੂੰ ਆਪ ਕਰਲਾ ਹਾਂ ਜਦੋਂ ਬੰਦਾ ਫੇਰ ਵੀ ਨਾ ਮੰਨਦਾ ਉਹ ਫਿਰ ਕਹਿੰਦੀਆਂ ਹੁੰਦੀਆਂ ਸੀ ਬਹੂਆਂ ਤੋਂ ਚੋੜਨਾ ਮਰਵਾਓ ਚ ਬਹੂਆਂ ਤੋਂ ਚੋੜਨਾ ਮ ਹੁਣ ਸਥਿਤੀ ਇਹ ਬਣੀ ਪਈ ਹੈ ਸਾਡੀ ਕਿ ਜਦੋਂ ਸੀ ਸਾਡੇ ਤੇ ਮੁਸੀਬਤ ਪਈ ਪਈ ਸੀ ਉਦੋਂ ਔਰਤਾਂ ਨੂੰ ਅੱਗੇ ਕਰ ਦਿੰਦੇ ਅੱਗੇ ਕਰ ਦਿੰਦੇ ਧੀਆ ਭੈਣਾ ਉਹ ਵੀ ਹੈਗੀਆਂ ਚਲੋ ਕੋਈ ਕਿਸੇ ਦੀ ਪਤਨੀ ਹੋ ਸਕਦੀ ਹੈ ਕਿਸੇ ਦੀ ਮਾਂ ਹੋ ਸਕਦੀ ਹੈ ਪਰ ਹੈ ਤਾਂ ਧੀਆ ਭੈਣਾ ਧੀਆ ਭੈਣਾ ਹੀ ਬਿਲਕੁਲ ਜੀ ਉਹਨਾਂ ਨੂੰ ਅੱਗੇ ਕਰ ਦਿੰਦੇ ਨੇ ਇੱਥੇ ਵੀ ਗੱਲ ਉਹੀ ਹੋਗੀ ਹੂੰ ਹੂੰ ਇਹਦੇ ਤੇ ਫਿਰ ਜੀ ਥੋੜਾ ਜਿਹਾ ਪੁਲਿਸ ਆਵਦੀ ਆਈ ਤੇ ਆ ਗਈ ਜੀ ਉਹਨਾਂ ਨੇ ਫਿਰ ਖੜਕਾ ਦਰਕਾ ਕਰਤਾ ਹੂੰ ਹੂੰ ਕਹਿੰਦੇ ਜੀ ਡੰਡਾ ਖੜਕਾਤਾ ਹੂੰ ਹੂੰ ਤੇ ਡੰਡਾ ਖੜਕਾਉਣ ਤੋਂ ਬਾਅਦ ਫਿਰ ਕਹਿੰਦੇ ਸਾਰਾ ਕੁਝ ਨਾਰਮਲ ਜੀ ਸੰਸਕਾਰ ਬੈਸੀ ਫਿਰ ਉਹਨਾਂ ਦਾ ਕਰਤਾ ਲੇਕਿਨ ਜਿਹੜਾ ਸੰਸਕਾਰ ਦਾ ਟਾਈਮ ਸੀ ਉਹ ਲੇਟ ਹੋ ਗਿਆ ਜੀ ਇਸ ਕਰਕੇ ਮਤਲਬ ਅਭੀ ਇਹ ਮੁਸੀਬਤ ਸਾਰੀ ਮਨੁੱਖਤਾ ਤੇ ਹੁਣ ਜਿਹੜੇ ਅਮਰੀਕਾ ਵਰਗੇ ਨਿਊਯਾਰਕ ਵਰਗੇ ਸ਼ਹਿਰ ਹੈ ਉੱਥੇ ਦੀ ਤਾਂ ਸਥਿਤੀ ਕਹਿੰਦੇ ਇਹ ਬਣੀ ਹੋਈ ਹੈ ਕਿ ਲਾਸ਼ਾਂ ਰੱਖਣ ਵਾਸਤੇ ਜਗ੍ਹਾ ਹੈ ਜਗਾ ਹਣੀ ਉਹ ਤਾਂ ਉਹਨਾਂ ਨੇ ਜੀ ਰੀਫਰ ਮੰਗਾ ਰੱਖਿਆ ਢੱਲੋ ਸਾਹਿਬ ਜਿਹੜੇ ਟਰਾਂਸਪੋਰਟ ਕਰਦੇ ਨੇ ਸਬਜੀ ਵਗੈਰਾ ਠੰਡੇ ਟਰੱਕ ਜੀ ਨੂੰ ਆਪਾਂ ਕਹਿੰਦੇ ਆ ਫ੍ਰੀਜ਼ਰ ਟਰੱਕ ਉਹ ਮੰਗਾ ਕੇ ਉਹਨਾਂ ਦੇ ਵਿੱਚ ਰੱਖੀ ਜਾਂਦੇ ਦੱਸੋ ਇਹ ਹਾਲਾਤ ਪੈਦਾ ਹੋ ਗਏ ਬਿਲਕੁਲ ਜੀ ਇਹੀ ਇੱਥੇ ਹੋਇਆ ਜੀ ਜੀ ਤੇ ਗੁਰੂ ਘਰ ਦੇ ਲੰਗਰ ਕਹਿੰਦੇ ਲੰਗਰ ਦੀ ਹਮੇਸ਼ਾ ਪ੍ਰਥਾ ਹੈ ਰਹੀ ਸੀ ਸੰਗਤ ਤੇ ਪੰਗਤ ਦੀ ਗੱਲ ਸੀਗੀ ਪਰ ਗੁਰੂ ਘਰਾਂ ਚੋਂ ਲੰਗਰ ਬਣ ਕੇ ਜਦੋਂ ਸੜਕਾਂ ਤੇ ਵੰਡਿਆ ਜਾਣ ਲੱਗਿਆ ਬੇਕਦਰਹੀ ਹੋਣੀ ਸ਼ੁਰੂ ਹੋਈ ਤਾਂ ਕੁਝ ਸਿਆਣੇ ਬੰਦੇ ਨੇ ਕਿਹਾ ਕਿ ਗੁਰੂ ਘਰ ਦਾ ਲੰਗਰ ਬਾਹਰ ਨਾ ਵਰਤਾਇਆ ਜਾਵੇ ਤੁਸੀਂ ਜੇ ਹੋਰ ਬਣਾਉਣਾ ਉਹਨਾਂ ਨੂੰ ਗੁਰੂ ਘਰ ਦਾ ਲੰਗਰ ਨਾ ਹੋਵੇ ਦੇਖੋ ਸਿੱਖ ਵਿਦਵਾਨ ਜੀ بڑے ਲਿਖੇ ਲੋਕ ਬੁੱਧੀਜੀਵੀ ਜੀ ਤੇ ਕੁਝ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਸਿਆਸਤ ਦੇ ਵਿੱਚ ਵੀ ਵੱਡੇ ਮੁਕਾਮ ਹਾਸਲ ਕੀਤੇ ਹੂੰ ਹੂੰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਨਾ ਇਹ ਜਿਹੜੀ ਗੁਰੂ ਕੇ ਲੰਗਰ ਦੀ ਜਿਹੜੀ ਪ੍ਰਥਾ ਹੈ ਉਹਦੀ ਉਹ ਲਗੜਾ ਹੁੰਦੀ ਹੈ ਜੀ ਕਿਉਂਕਿ ਸਾਡੀ ਪ੍ਰਸਾਦ ਦੇ ਮੁਤਾਬਕ ਹੈ ਕਿ ਜਿਹੜਾ ਭੁੱਖਾ ਆ ਕੇ ਸੰਗਤ ਪੰਗਤ ਚ ਬਹਿ ਜੀ ਬਹਿ ਜੀ ਸੰਗਤ ਦੇ ਰੂਪ ਵਿੱਚ ਪੰਗਤ ਬਹਿ ਸਕ ਲੋ ਜਿੰਨਾ ਮਰਜ਼ੀ ਬਹਿ ਸਕ ਲੋ ਹਮਮ ਅਰ ਆਪਾਂ ਸਾਰੇ ਦੇਖਿਆ ਹਰਿਮੰਦਰ ਸਾਹਿਬ ਤੋਂ ਲੈ ਕੇ ਹੋਰਾਂ ਥਾਵਾਂ ਤੇ ਵੀ ਜੀ ਜਦੋਂ ਆਪਾਂ ਜਾਂਦੇ ਹਾਂ ਲੰਗਰ ਦੇ ਵਿੱਚ ਤੇ ਉੱਥੇ ਹਮੇਸ਼ਾ ਹੀ ਪ੍ਰਬੰਧਕਾਂ ਵੱਲੋਂ ਇਹ ਆਉਂਦਾ ਹੈ ਕਿ ਵਿਚਾਲੇ ਨਹੀਂ ਛੱਡਣਾ ਹਮ ਜੂਠਾ ਨਹੀਂ ਛੱਡਣਾ ਦੋ ਵਾਰੀ ਪਾ ਲੋ ਤਿੰਨਾਂ ਦੀ ਪਾ ਲੋ ਤੁਸੀਂ ਉਹਨਾਂ ਕੋ ਪਾਓ ਜਿੰਨਾਂ ਕੋ ਨੂੰ ਖਾ ਸਕਦੇ ਹਮਮ ਹੁਣ ਜਿਹੜੇ ਆਮ ਸੰਸਥਾਵਾਂ ਸਮਾਜਿਕ ਸੰਸਥਾਵਾਂ ਜਾਂ ਕੋਈ ਐਨ ਜੀਓਜ਼ ਲੰਗਰ ਤਕਸੀਮ ਕਰਦੇ ਆ ਔਰ ਉਹਨੂੰ ਤਕਸੀਮ ਕਰਦੇ ਆ ਉਹ ਕਈ ਵਾਰੀ ਇਸ ਤਰ੍ਹਾਂ ਪਾ ਦਿੰਦੇ ਤੇ ਲੋਕ ਫਿਰ ਜਿਹੜੀ ਉਹ ਰਾਸ਼ਨ ਆ ਜਾਂ ਜਿਹੜਾ ਖਾਣਾ ਹੈ ਖਾਣੇ ਦੀ ਬੇਅਦਵੀ ਕਰਦੇ ਹੁਣ ਉੱਥੇ ਹੀ ਤਾਂ ਸੰਸਥਾਵਾਂ ਦੀ ਜਿੰਦਗੀ ਉੱਥੇ ਗੁਰੂ ਘਰ ਲੰਗਰ ਹੈ ਗੁਰੂ ਘਰ ਲੰਗਰ ਚੱਲਿਆ ਗਿਆ ਜੇ ਉਹਨੂੰ ਗੁਰੂ ਕੇ ਲੰਗਰ ਦੀ ਬੇਅਦਬੀ ਹੋਣੀ ਸ਼ੁਰੂ ਹੋ ਗਈ ਤਾਂ ਫਿਰ ਗੁਰੂ ਕਾ ਲੰਗਰ ਨਾ ਰਿਹਾ ਗੁਰੂ ਕਾ ਲੰਗਰ ਤਾਂ ਸਾਦਾ ਹੁੰਦਾ ਤੇ ਸੰਸਥਾਵਾਂ ਵਾਲੇ ਤਾਂ ਮਟਰ ਪਨੀਰ ਤੇ ਛੋਲੇ ਵਰਗੇ ਹਨ ਹੁਣ ਤਾਂ ਚਲੋ ਇਸ ਮੁਸੀਬਤ ਦੇ ਵਿੱਚ ਤਾਂ ਕੀ ਨੇ ਮਟਰ ਪਨੀਰ ਤੇ ਛੋਲੇ ਹੁਣ ਤਾਂ ਉਹ ਵੀ ਸਾਦਾ ਹੀ ਹੋਊਗਾ ਹਾਂ ਹਾਂ ਪਰ ਸਾਦਾ ਜਿਹੜਾ ਹੈਗਾ ਸਾਦਾ ਹੋਣ ਦੇ ਬਾਵਜੂਦ ਇਹਦੀ ਇੱਕ ਮਰਿਆਦਾ ਹੈ ਜੀ ਉਹ ਮਰਿਆਦਾ ਦੀ ਉਲੰਘਣਾ ਜਿਹੜੀ ਨਹੀਂ ਹੁੰਦੀ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਅਕਬਰ ਬਾਦਸ਼ਾਹ ਨੂੰ ਹੂੰ ਪੰਗਤ 'ਚ ਬਿਠਾਉਣਾ ਪੈ ਗਿਆ ਸੀ ਜੀ ਉਹਨੂੰ ਬੈਠਣਾ ਪੈ ਗਿਆ ਬਾਦ ਵਿੱਚ ਉਹਨੇ ਸਿਸਟਮ ਦੇਖਿਆ ਤੇ ਉਹਨੇ ਕਹਿੰਦੇ ਵੀ ਇਹ ਪੇਸ਼ਕਸ਼ ਕੀਤੀ ਸੀ ਗੁਰੂ ਸਾਹਿਬ ਨੂੰ ਜੀ ਕਿ ਜੀ ਅਸੀਂ ਤੁਹਾਨੂੰ ਜ਼ਗੀਰ ਦੇ ਦਨੇ ਆ ਲੰਗਰ ਵਾਸਤੇ ਹੂੰ ਹੂੰ ਤੇ ਉਹਨੇ ਕਹਿੰਦੇ ਨਹੀਂ ਨਹੀਂ ਇਹ ਸਾਨੂੰ ਜ਼ਗੀਰ ਨਹੀਂ ਚਾਹੀਦੀ ਸਾਨੂੰ ਤਾਂ ਇਹ ਸੰਗਤ ਦਾ ਪੈਸਾ ਹੈ ਜੀ ਇਹ ਦਸਬੰਦ ਦਾ ਪੈਸਾ ਹੈ ਇਹ ਦਸਬੰਦ ਦੇ ਵਿੱਚੋਂ ਲੰਗਰ ਨਿਕਲਿਆ ਹੋਇਆ ਹੈ ਕਿਰਤ ਕਰੋ ਜੀ ਵੰਡ ਛਕੋ ਨਾਮ ਜਪੋ ਉਹਦਾ ਸੰਕਲਪ ਹੈ ਇਹ ਉਹ ਹੈ ਜੀ ਸੋ ਸੰਕਲਪ ਤਾਂ ਇਹ ਸੀ ਹੂੰ ਹੂੰ ਦਰਬਾਰ ਤੋਂ ਹੋਣ ਲੱਗੀ ਮੈਂ ਜਿਹੜੀ ਵੇਖੇ ਵੀ ਜਿੰਨਾ ਲੋਕਾਂ ਨੇ ਦਾ ਬੁਰਾ ਮਨਾਇਆ ਕਿ ਨਹੀਂ ਹੋਣਾ ਚਾਹੀਦਾ ਜੀ ਉਹਨਾਂ ਦੇ ਵਿੱਚ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਹਮ ਜਿਹੜੇ ਮੇਰੇ ਕਹ ਲੈ ਵੀ ਮੈਨੇਲਿਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਾਂ ਜੀ ਹਾਂ ਜੀ ਉਹ ਵੀ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਗੱਲ ਠੀਕ ਨਹੀਂ ਹਮ ਹਮ ਤਾਂ ਹੁਣ ਕਹਿੰਦੇ ਵੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲੈ ਲਿਆ ਜੀ ਕਿ ਗੁਰੂ ਘਰਾਂ ਦੇ ਵਿੱਚ ਹੀ ਲੰਗਰ ਵਰਤਾਇਆ ਜਾਊਗਾ ਹਮ ਹਮ ਜਿਸ ਕਿਸੇ ਨੂੰ ਲੋੜਾ ਹੋਆ ਉਥੇ ਆ ਕੇ ਪੰਗ ਵਿੱਚ ਬੈਠੋ ਤੁਹਾਨੂੰ ਲੰਗਰ ਮਿਲੂਗਾ ਹਉਨ ਤਾਂ ਪਤਾ ਹੈ ਇਸ ਵੇਲੇ ਲਗਭਗ ਸਾਰੇ ਹੀ ਧਾਰਮਿਕ ਜਿਹੜੇ ਸਥਾਨ ਹੈ ਉਹਨਾਂ ਦੇ ਬੂਹੇ ਬੰਦ ਹੈ ਜੀ ਲੇਕਿਨ ਗੁਰੂ ਘਰਾਂ ਦੇ ਬੂਹੇ ਖੁੱਲੇ ਹੋਏ ਹੈ ਕੋਈ ਸਿੱਖ ਥਾਂ ਤੇ ਪ੍ਰਕਾਸ਼ਨ ਦੇ ਤੌਰ ਦੇ ਉੱਤੇ ਜਿੱਥੇ ਲੰਗਰ ਦਾ ਮਤਲਬ ਕੋਈ ਵੱਡੇ ਪੱਧਰ ਤੇ ਲੰਗਰ ਦਾ ਪ੍ਰਬੰਧ ਨਹੀਂ ਹੁੰਦਾ ਉੱਥੇ ਸ਼ਾਇਦ ਬੰਦ ਕਰਤੇ ਹੋਣ ਲੇਕਿਨ ਜਿਹੜੇ ਵੱਡੇ ਸਾਡੇ ਇਤਿਹਾਸਿਕ ਗੁਰੂ ਘਰ ਹੈ ਉਹਨਾਂ ਦੇ ਬੂਹੇ ਖੁੱਲੇ ਹੋਏ ਉਹਨਾਂ ਨੇ ਚਾਂਦਨੀ ਚੌਕ ਦਾ ਸੀਸਕਨ ਸਾਹਿਬ ਤਾਂ ਪੰਕਤਾਂ ਹੀ ਦੇਖ ਲਓ ਕਿੰਨੀਆਂ ਕਿੰਨੀਆਂ ਲੱਗੀਆਂ ਜਾਂਦੀਆਂ ਬਿਲਕੁਲ ਜੀ ਸਾਰੇ ਥਾਂ ਤੇ ਉਹਨਾਂ ਨੇ ਹੁਣ ਇਹ ਕਹਿਤਾ ਕਿ ਜੇ ਸੋਸ਼ਲ ਡਿਸਟੈਂਸ ਦਾ ਤਾਂ ਖਿਆਲ ਰੱਖਣਾ ਚਾਹੀਦਾ ਚਾਹੀਦਾ ਕਿ ਅੱਗੇ ਸੀ ਨਾਲ ਨਾਲ ਲੱਗ ਕੇ ਬੈਨੇ 1 ਮੀਟਰ 1.5 ਮੀਟਰ ਤੋਂ ਅੱਗਾ ਪਿਛਾ ਕਰਕੇ ਬੈਠਣਾ ਆਪਾਂ ਦੇਖਦੇ ਹਾਂ ਹੁਣ ਪ੍ਰਾਈਮ ਮਿਨਿਸਟਰ ਦੀ ਵੀ ਵੀਡੀਓ ਜਿਹੜੀ ਵੀਡੀਓ ਕਾਨਫਰੰਸ ਹੋਈ ਹੈ ਉਹਨਾਂ ਨੇ ਵੀ ਉਸ ਤਰ੍ਹਾਂ ਦਾ ਕੀਤਾ ਕਰਾਇਆ ਹੂੰ ਹੂੰ ਦਫ਼ਤਰਾਂ ਦੇ ਵਿੱਚ ਕੁਝ ਅਫਸਰਾਂ ਨੇ ਵੀ ਕਰਤੇ ਕੱਲ ਅਸੀਂ ਕੁਝ ਪੱਤਰਕਾਰ ਜਿਹੜੇ ਹੈਗੇ ਆਪਣੇ ਪਬਲਿਕ ਰਿਲੇਸ਼ਨ ਦਫ਼ਤਰ ਚਲੇ ਗਏ ਸੀ ਜੀ ਸਾਡੇ ਪਬਲਿਕ ਰਿਲੇਸ਼ਨ ਦਫ਼ਤਰ ਦੇ ਵਿੱਚ ਵੀ ਬਹੁਤ ਉਧੀਏ ਤਰੀਕੇ ਨਾਲ ਜਿਹ ਉਹਨਾਂ ਨੂੰ ਡਿਸਟੈਂਸ ਕਰਕੇ ਰੱਖੀਆਂ ਹੋਈਆਂ ਸੀ ਕੁਰਸੀਆਂ ਹਮ ਹਮ ਮਤਲਬ ਕਿਸੇ ਨੂੰ ਲੋੜ ਹੀ ਨਹੀਂ ਪੈਂਦੀ ਆਟੋ ਆਟੋਮੈਟਿਕਲੀ ਜਿਹੜਾ ਸੈਲਫ ਜਿਹੜਾ ਹੈਗਾ ਉਹ ਸਿਸਟਮ ਲਾਗੂ ਹੋ ਜਾਣਾ ਹੈ ਹਮ ਹਮ ਸੋ ਇਹ ਉਹਨਾਂ ਨੇ ਫੈਸਲਾ ਕੀਤਾ ਔਰ ਇਹ ਫੈਸਲਾ ਸਲਾਹਣ ਜੋ ਗਏ ਜੀ ਇਹਦੇ ਤੇ ਹੁਣ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜ਼ਿੰਮੇਵਾਰ ਬੰਦੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਫੈਸਲਾ ਕੀਤਾ ਹੈ ਹਮ ਹਮ ਇਹ ਫੈਸਲਾ ਪੰਜਾਬ ਸਰਕਾਰ ਜੀ ਤੇ ਪੰਜਾਬ ਦੇ ਹੈਲਥ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜੀ ਇਕ ਸਾਂਝਾ ਫੈਸਲਾ ਸਾਡਾ ਇਹ ਜਿਹੜਾ ਹੈਗਾ ਵੀ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਹੈ ਅਸੀਂ ਉਹ ਸੁਝਾਅ ਨੂੰ ਪ੍ਰਵਾਨ ਕੀਤਾ ਹੈ ਕਿ ਇੱਕ ਤਾਂ ਲੰਗਰ ਦੀ ਬੇਅਦਬੀ ਨਾ ਹੋਵੇ ਕਿ ਦੂਜੀ ਹੈ ਜਿਹੜੀ ਹੈ ਜਦੋਂ ਅਸੀਂ ਬਾਜ਼ਾਰਾਂ 'ਚ ਨਿਕਲਦੇ ਆ ਲੈ ਜੀ ਜੀ ਤੇ ਜਿਹੜੇ ਫਿਰ ਸੇਵਾਦਾਰ ਵਰਤਾਉਂਦੇ ਉਹ ਵੀ ਤਾਂ ਉਹਨਾਂ ਤੇ ਵੀ ਤਾਂ ਮਤਲਬ ਜਿਹੜੀ ਹੈਗੀ ਹੈ ਗੜਬੜ ਹੋ ਸਕਦੀ ਹੈ ਨਾ ਬਿਲਕੁਲ ਬਿਲਕੁਲ ਗੁਰੂ ਘਰ ਦੇ ਅੰਦਰ ਤਾਂ ਉੱਥੇ ਪ੍ਰਬੰਧ ਹੈਗਾ ਉਹਨਾਂ ਤੇ ਨਿਗਰੱਖਣਗੇ ਵੀ ਭਾਈ ਤੁਸੀਂ ਆ ਆ ਥੋੜੀ ਜੀ ਕਮੀ ਪੇਸ਼ੀ ਰਹਿੰਦੀ ਹੈ ਤਾਂ ਦੂਰ ਕਰਵਾ ਦਿਓ ਦੂਰ ਕਰ ਲਓ ਹਾਂਜੀ ਅਰੇ ਫੈਸਲਾ ਮੈਂ ਸਮਝਦਾ ਠੀਕ ਹੈ درست ਹੈ ਜੀ ਸੋ ਕਾਲ ਲੜੀ ਜੀ ਇੱਕ ਫਿਰ ਕਾਲ ਲੈ ਕੇ ਆਪਾਂ ਸਤਿ ਸ਼੍ਰੀ ਅਕਾਲ ਜੀ 92 ਹਾਂਜੀ ਹਾਂਜੀ ਹਾਂ ਜੀ ਸਰ ਹੈ ਸੋង ਹੈਲੋ ਹਾਂਜੀ ਬੋਲੋ ਜੀ ਬੋਲੋ ਹਾਂਜੀ ਸੋង ਲਈ ਅਕਾਲੀ ਦਲ ਅਮਰਪੁਰ ਦਾ ਦੇਸ਼ਰੀ ਪ੍ਰਧਾਨ ਜਿਲ੍ਹਾ ਕਰਨਤਾਨ ਤੋਂ ਬੋਲਦਾ ਹਾਂ ਡਾਕਟਰ ਪ੍ਰਵ ਜੀ ਸਿੰਘ ਸੰਧੂ ਜੀ ਹਾਂਜੀ ਡਾਕਟਰ ਸਾਹਿਬ ਸੰਧੂ ਜੀ ਹਾਂਜੀ ਸਰ ਮੈਂ ਰਿਕੁਐਸਟ ਇਹ ਕਰਨੀ ਸੀ ਕਿ ਅੱਜ ਨਾ ਬੜੀਆਂ ਵੀਡੀਓ ਦੇਖੀਆਂ ਬਾ ਆਪਣੇ ਸਿੱਖਾਂ ਦੇ ਜਿਹੜੇ ਸਾਕਟ ਡਰਾਈਵਰ ਹਨ ਜੀ ਇਹ ਆਪਣੇ ਇੰਡੀਆ ਦੀ ਜਿੱਥੇ ਜਿੱਥੇ ਫਸੇ ਆ ਇਸ ਤੋਂ ਤੱਕ ਪਾਣੀ ਵੀ ਉਹ ਹੋਟਲਾਂ ਵਾਲਿਆਂ ਨੇ ਬੰਦ ਕਰ ਦਿੱਤਾ ਹੂੰ ਹੂੰ ਤੇ ਉਹਨਾਂ ਦੀ ਬੜੀ ਬੁਰੀ ਹਾਲਤ ਹੋ ਗਈ ਆ ਤੇ ਮੈਂ ਇਹ ਗੱਲ ਆਪਣੇ ਮਤਲਬ ਜਿਹੜੇ ਤੁਹਾਡੀ ਮਾਦੀ ਮਦਾਈ ਕਹਿਣਾ ਚਾਹੁੰਦਾ ਵੀ ਜਿਹੜੇ ਆਪਣੇ ਜਿੱਦਾਂ ਤੋਂ ਹੋਂਦ ਮਾਨ ਆ ਹੋਰ ਜਿੱਦਾਂ ਆਪਣੇ ਮੀਢੇ ਆ ਜੀ ਇਹ ਗੱਲ ਕਿਉਂ ਨਹੀਂ ਮਤਾਂ ਕਿ ਉਹ ਵੀ ਰਾਤ ਦੇ ਵਿੱਚ 400 ਸਾਰੇ ਕਾਰ ਸੀ ਤਾਂ ਅਸੀਂ ਟੈਵਰ ਬੈਠੇ ਆ ਜੀ ਤੇ ਜਿਹੜੇ ਕਹਿੰਦੇ ਵੀ ਸਾਨੂੰ ਪਾਣੀ ਵੀ ਰੋਟੀ ਬਣਾਉਣ ਦੇ ਲਈ ਪਾਣੀ ਵੀ ਨਹੀਂ ਮਿਲਿਆ ਸਾਨੂੰ ਪਾਣੀ ਵੀ ਨਹੀਂ ਦਿੰਦੇ ਤੇ ਇਹ ਬੜੀ ਮਤਲਬ ਦੇਖੋ ਸਿੱਖ ਤਾਂ ਖੁੱਲ੍ਹ ਦੇ ਲਈ ਵਖਾਉਣ ਗਏ ਆ ਜੀ ਤੇ ਇਹ ਕੀ ਸੋਚਣ ਗਏ ਆ ਸਾਡੇ ਸਿੱਖਾਂ ਦੇ ਲਈ ਕਿ ਸਾਨੂੰ ਪਾਣੀ ਵੀ ਨਹੀਂ ਦਿੰਦੇ ਸਾਡੇ ਇਹਦੇ ਤਰ੍ਹਾਂ ਸਾਰੇ ਲੋਕ ਆ ਸਾਡੇ ਲੀਡਰਾਂ ਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ। ਹਾਂ ਬਿਲਕੁਲ ਜੀ। ਧੰਨਵਾਦ ਜੀ। ਬਾਕੀ ਤਾਂ ਗੱਲ ਸਾਬ ਡਾਕਟਰ ਸਾਹਿਬ ਦੀ ਸਹੀ ਹੈ। ਢੱਲੋ ਸਾਹਿਬ ਵੀ ਜੇ ਕੋਈ ਬੰਦਾ ਬਿਹਾਰ ਦੇ ਵਿੱਚ ਕਹਿ ਸਕਦਾ ਤੇ ਇੱਥੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਂਦੇ ਹੋ ਜਾਂਦੇ ਵੀ ਪ੍ਰਵਾਸੀ ਮਜ਼ਦੂਰਾਂ ਦਾ ਖਿਆਲ ਰੱਖੋ। ਕਿਉਂਕਿ ਕੈਨੇਡਾ ਅਮਰੀਕਾ ਵਿੱਚ ਤਾਂ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹਨਾਂ ਨੂੰ ਤਾਂ ਇੰਨਾ ਆਦਰਮਾਨ ਸਤਕਾਰ ਦਿੱਤਾ ਜਾ ਰਿਹਾ ਗੱਲ ਹੀ ਛੱਡ ਦੇ ਵੱਡੇ 5 ਸਟਾਰ ਹੋਟਲ ਹੋਣੇ। ਹਾਂਜੀ ਤੇ ਪਰ ਹੂੰ ਹੂੰ ਆਪਣੇ ਇੱਥੇ ਇੰਡੀਆ ਦੇ ਵਿੱਚ ਵੇਖੋ ਜੀ ਉਹਨਾਂ ਦੀ ਇੰਨੀ ਬੁਰੀ ਹਾਲਤਾਂ ਦੇ ਹੋਟਲ ਕੋਈ ਖੁੱਲ੍ਹਾ ਨਹੀਂ ਜੀ ਅਸੀਂ ਰੋੜਾ ਸਾਡੇ ਕੋ ਆਪਣੇ ਬਣਾਉਣ ਨੂੰ ਜਿਹੜਾ ਰਚਨ ਪਾਣੀ ਗਰਮ ਨਹੀਂ ਇਹੀ ਕਰਦੇ ਸਾਨੂੰ ਪਾਣੀ ਨਹੀਂ ਦਿੰਦੇ ਹੂੰ ਹੂੰ ਦੱਸੋ ਦੇ ਕੋਈ ਮਾਪੇ ਹੋਏ ਲੋਕਾਂ ਦਾ ਵਿਚਾਰੇ ਜੀ ਜੀ ਧੰਨਵਾਦ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਮੇਰਾ ਖਿਆਲ ਵੀ ਸਾਡੇ ਨੇਤਾ ਗਨ ਸਾਡੇ ਆਗੂ ਜਿਵੇਂ ਭਗਵੰਤ ਮਾਨ ਹੋਣ ਗੁਰਜੀਤ ਸਿੰਘ ਔਜਲਾ ਹੋਵੇ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰ ਜਿਹੜੇ ਹੈਗੇ ਸਾਡੇ 13 ਹਲਕੇ ਹੈ ਜੀ ਲੋਕ ਸਭਾ ਦੇ ਤੇ ਕੁਝ 6 ਸਾਡੇ ਹੈਗੇ ਹੈ ਰਾਜ ਸਭਾ ਦੇ ਮੈਂਬਰ ਸਹਿਬਾਨ ਜੀ ਮੇਰਾ ਖਿਆਲ ਹ ਸਾਰਿਆਂ ਦੇ ਤੱਕ ਇਹ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਆਪਣੀ ਆਵਾਜ਼ ਪਹੁੰਚਦੀ ਹੈ ਜੀ ਜੀ ਅਸੀਂ ਆਪਣੇ ਪੱਧਰ ਤੇ ਵੀ ਉਹਨਾਂ ਨੂੰ ਇਨਫੋਰਮ ਕਰਨ ਦਾ ਯਤਨ ਕਰਾਂਗੇ ਤੁਹਾਡਾ ਸ਼ੁਕਰੀਆ ਤੁਹਾਡੀ ਬਹੁਤ ਮਿਹਰਬਾਨੀ ਕਿ ਤੁਸੀਂ ਇਹ ਮਾਮਲਾ ਉਠਾਇਆ ਪਰ ਮੈਂ ਤੁਹਾਡੀ ਗੱਲ ਚ ਇੱਕ ਵਾਦਾ ਕਰਦੇ ਹਾਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸਾਡੇ ਨਾਲ ਹੁੰਦਾ ਕੀ ਹੈ ਅਸੀਂ ਮਨੁੱਖਤਾ ਦੀ ਖਾਤਰ ਧਰਮ ਤੋਂ ਉੱਪਰ ਉੱਟ ਕੇ ਜਾਤ ਗੋਤ ਮਜ਼ਬਤ ਤੋਂ ਉੱਪਰ ਉੱਟ ਕੇ ਜ਼ਰਾ ਕੁਝ ਕਰਦੇ ਹਾਂ ਜੀ ਲੇਕਿਨ ਦਿੱਲੀ ਦੇ ਵਿੱਚ ਮਜਨੂ ਕਾ ਟਿੱਲਾ ਗੁਰੂ ਘਰ ਦੇ ਪ੍ਰਬੰਧਕਾਂ ਤੇ ਵੀ ਪਰਚਾ ਦਰਜ ਕੀਤਾ ਹੈ ਕਿ ਤੁਸੀਂ ਇੱਥੇ ਇਹਨਾਂ ਨੂੰ ਪਨਾਹ ਕਿਉਂ ਦਿੱਤੀ ਧੰਨਵਾਦ ਜੀ ਸੋ ਪ੍ਰੋਗਰਾਮ ਸ਼ਮਾਦਾਨ ਦੇ